पंजाबी देखते हुए सारे दर्शकों नूं मेरे वालों प्यार भरी सत श्री अकाल। तुहाडा स्वागत प्रोग्राम अज दा मुद्दा दे विच, मैं तुहाडी होस्ट आशमिता सारयां नूं इस प्रोग्राम दे विच एक बारी फिर स्वागत करदी हां। अज थोड़ा पा वखरा प्रोग्राम तुहाडे लई लैके आए, जिस तरह कल तुहानूं दस्सिया सी तीजे पातशाह ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਉਤਸਵ 'ਤੇ ਇੱਕ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਨਾ ਚਾਹੁੰਦੇ ਸੀ ਅਤੇ ਅਫੀਸ਼ੀਅਲ ਤੌਰ 'ਤੇ ਤਾਂ 25 ਮਈ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਸਾਡੇ ਲਈ, ਬਟ ਅੱਜ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸੋ ਇਹਦੇ ਬਾਰੇ ਮਤਲਬ ਪੂਰੇ ਸ਼ੋਅ ਦੇ ਵਿੱਚ ਕੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਦੇਣ ਰਹੀ ਹੈ ਸਾਡੀ ਸਿੱਖੀ ਪੰਥ ਲਈ, ਸਾਡੇ ਪੰਜਾਬੀਆਂ ਲਈ, ਸਾਡੀ ਕਮਿਊਨਿਟੀ ਲਈ, ਸਾਡੇ ਇਤਿਹਾਸ ਦੇ ਵਿੱਚ ਕੀ ਉਹਨਾਂ ਦੀ ਇੰਨੀ ਵੱਡੀ ਪ੍ਰੈਜੈਂਸ ਰਹੀ ਹੈ, ਲੈਗਸੀ ਰਹੀ ਹੈ, ਉਹਦੀ ਗੱਲ ਕਰਾਂਗੇ। ਬਟ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕੁਝ ਹੈੱਡਲਾਈਨਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਸੋ ਅੱਜ ਇੰਡੀਆ ਦੇ ਵਿੱਚ ਕਿਸਾਨ ਮੋਰਚੇ ਨੂੰ ਅੱਗੇ ਲੈ ਕੇ ਜਾਣ ਲਈ ਬਲੈਕ ਡੇ ਮਨਾਇਆ ਗਿਆ, ਕਾਲੇ ਕਾਨੂੰਨਾਂ ਦੇ ਖਿਲਾਫ਼ ਜੋ ਇਹ ਕਾਲਾ ਰੰਗ ਹੈਗਾ ਉਹਨੂੰ ਝੰਡਿਆਂ ਦੇ ਤੌਰ 'ਤੇ ਵੱਖ ਵੱਖ ਥਾਵਾਂ 'ਤੇ ਲੋਕਾਂ ਨੇ ਅਪਣਾਇਆ, ਪੋਲੀਟੀਸ਼ੀਅਨਸ ਨੇ ਅਪਣਾਇਆ ਅਤੇ ਜੋ ਮੋਰਚੇ ਦੇ ਅੰਦੋਲਨਜੀਵੀ ਹਨ ਉਹਨਾਂ ਨੇ ਅਪਣਾਇਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਵੀ ਹੋਰ ਗੱਲਾਂ ਤੁਹਾਡੇ ਨਾਲ ਕਰਾਂਗੇ, ਬਟ ਵੰਸ ਅਗੈਨ ਇਹ ਪ੍ਰੋਗਰਾਮ ਆਪਾਂ ਅੱਜ ਥੋੜ੍ਹਾ ਜਿਹਾ ਵੱਖਰਾ ਰੱਖ ਰਹੇ ਹਾਂ, ਬਿਕੋਜ਼ ਭਾਵੇਂ ਇਹ ਅੱਜ ਦਾ ਮੋਰਚਾ ਹੋਏ ਜਿਹਨੂੰ ਕਿਹਾ ਗਿਆ ਕਿ ਇਸ ਮੋਰਚੇ ਦੇ ਲੀਡਰਸ ਰਹੇ ਹਨ ਜੋ ਪੰਜਾਬ ਤੋਂ ਲਿਖਲੇ ਹੋਏ ਸਿੱਖ ਹੈਗੇ, ਉਹਨਾਂ ਦੇ ਕੰਧਿਆਂ 'ਤੇ, ਉਹਨਾਂ ਦੇ ਮੋਢਿਆਂ 'ਤੇ ਇਹ ਮੋਰਚਾ ਅੱਗੇ ਵਧਿਆ। ਉਹਨ ਲੀਡਰਸ ਦਾ ਜੋ ਹੌਸਲਾ ਹੈ ਉਹ ਸਾਡੇ ਗੁਰੂਆਂ ਦੀ ਦੇਣ ਹੈ। ਕੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਤੁਸੀਂ ਆਪਣੇ ਹੱਕ ਲਈ ਦੂਜਿਆਂ ਦੇ ਹੱਕ ਲਈ ਕਿਸ ਤਰ੍ਹਾਂ ਲੜਨਾ ਹੈ, ਉਹਦੀ ਥੋੜ੍ਹੀ ਜਿਹੀ ਅੱਜ ਗੱਲ ਕਰਾਂਗੇ, ਕਿਉਂਕਿ ਉਹ ਲਾਗੂ ਹੁੰਦੀ ਹੈ ਜੋ ਸਾਡਾ ਇਤਿਹਾਸ ਸਾਨੂੰ ਸਿਖਾਉਂਦਾ ਹੈ। ਉਸ ਟੀਚੇ ਤੋਂ ਆਪਾਂ ਸਿੱਖ ਕੇ ਅੱਗੇ ਵੱਧ ਸਕਦੇ ਹਾਂ, ਆਪਣੇ ਫਿਊਚਰ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ। ਸੋ ਇਹਦੀ ਥੋੜ੍ਹੀ ਜਿਹੀ ਅੱਜ ਗੱਲ ਕਰਾਂਗੇ। ਇਟਸ ਆਲ ਕਨੈਕਟਡ, ਇਹ ਸਾਰੀ ਚੀਜ਼ਾਂ ਇੱਕ ਦੂਜਿਆਂ ਦੇ ਨਾਲ ਜੁੜੀ ਹੋਈ ਹੈ, ਸਾਡਾ ਇਤਿਹਾਸ ਸਾਡੇ ਭਵਿੱਖ ਦੇ ਨਾਲ ਜੁੜਿਆ ਹੋਇਆ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਤੀਜੇ ਪਾਤਸ਼ਾਹ ਦੀ ਪ੍ਰਕਾਸ਼ ਪੁਰਬ ਦੀ ਤੁਸੀਂ ਕਹਿ ਲਓ ਸੈਲੀਬ੍ਰੇਸ਼ਨ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਸਿੱਖਣ ਨੂੰ ਵੀ ਅੱਜ ਮਿਲੂਗਾ। ਮੈਨੂੰ ਆਪ ਨੂੰ ਇਸ ਚੀਜ਼ ਨੂੰ ਲੈ ਕੇ ਬੜੀ ਖੁਸ਼ੀ ਹੋ ਰਹੀ ਹੈ। ਸੋ ਸਾਡੇ ਗੈਸਟ ਸਾਨੂੰ ਜੁਆਇਨ ਕਰ ਰਹੇ ਇਸ ਪ੍ਰੋਗਰਾਮ ਦੇ ਵਿੱਚ ਇਸ ਚੀਜ਼ 'ਤੇ ਸਾਡੇ ਨਾਲ ਵਿਚਾਰ ਕਰਨ ਲਈ। ਸੋ ਵਿਦਆਊਟ ਐਨੀ ਫਰਦਰ ਅਡੂ, ਮੈਨੂੰ ਬਹੁਤ ਇੱਕ ਵਾਰੀ ਫਿਰ ਮਾਣ ਮਹਿਸੂਸ ਹੋ ਰਿਹਾ ਇਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ। ਸਾਡੇ ਹੈੱਡ ਗ੍ਰੰਥੀ ਜੀ, ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ 118, ਜੋ ਕਿ ਨਿਊਯਾਰਕ ਸਿਟੀ ਦਾ ਸਭ ਤੋਂ ਪੁਰਾਣਾ ਅਤੇ ਮੋਸਟ ਵੈਲ ਨੋਨ ਗੁਰਦੁਆਰਾ ਹੈਗਾ, ਉੱਥੋਂ ਸਾਨੂੰ ਜੁਆਇਨ ਕਰ ਰਹੇ ਹੈ ਭਾਈ ਧਰਮਵੀਰ ਸਿੰਘ ਜੀ। ਸਭ ਤੋਂ ਪਹਿਲੇ ਧਰਮਵੀਰ ਸਿੰਘ ਜੀ, ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮਵੀਰ ਸਿੰਘ ਜੀ, ਤੁਸੀਂ ਪਹਿਲੇ ਵੀ ਸਾਡੇ ਨਾਲ ਜੁੜ ਕੇ ਸਾਨੂੰ ਸਿੱਖ ਇਤਿਹਾਸ, ਸਾਡੀ ਕੌਮ ਦੀ, ਸਾਡੀ ਪੰਥਕ ਤੌਰ 'ਤੇ ਕੀ ਲੈਗੇਸੀ ਹੈ, ਕਿਸ ਤਰ੍ਹਾਂ ਇਤਿਹਾਸ ਅੱਜ ਦੀ ਡੇਟ ਦੇ ਵਿੱਚ ਲਾਗੂ ਹੁੰਦਾ ਹੈ, ਉਹਦੇ ਬਾਰੇ ਵਿਚਾਰਧਾਰਾ ਕੀਤੀਆਂ। ਸੋ ਆਮ ਸੋ ਗਲੈਡ ਕਿ ਤੁਸੀਂ ਅੱਜ ਵੀ ਸਾਡੇ ਨਾਲ ਜੁੜੇ ਹੋ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਪ੍ਰਕਾਸ਼ ਪੁਰਬ 'ਤੇ ਆਪਾਂ ਥੋੜ੍ਹੇ ਜਿਹੇ ਵਿਚਾਰ ਤੁਹਾਡੇ ਤੋਂ ਸੁਣਨਾ ਚਾਹਾਂਗੇ। ਸਭ ਤੋਂ ਪਹਿਲੇ ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਭ ਤੋਂ ਪਹਿਲੇ ਧਰਮਵੀਰ ਸਿੰਘ ਜੀ, ਮੈਂ ਤਾਂ ਇਹ ਪੁੱਛਣਾ ਚਾਹਾਂਗੀ ਕਿ ਸਿੱਖ ਕਲਚਰ ਸੁਸਾਇਟੀ ਗੁਰਦੁਆਰੇ ਦੇ ਵਿੱਚ ਇਹ ਪ੍ਰਕਾਸ਼ ਪੁਰਬ ਕਿਸ ਤਰ੍ਹਾਂ ਮਨਾਇਆ ਗਿਆ? ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਜਿੰਨੇ ਵੀ ਗੁਰਪੁਰਬ, ਪ੍ਰਕਾਸ਼ ਦਿਹਾੜੇ ਹੋਣ ਜਾਂ ਗੁਰੂ ਸਾਹਿਬ ਦੇ ਗੁਰਤਾ ਗੱਦੀ ਦਿਵਸ, ਜੋਤੀ ਜੋਤ ਦਿਵਸ, ਗੁਰੂ ਸਾਹਿਬਾਨਾਂ ਦੇ, ਭਗਤਾਂ ਦੇ, ਗੁਰਸਿੱਖਾਂ ਦੇ, ਜੇ ਸ਼ਹੀਦਾਂ ਦੇ, ਸਾਰੇ ਹੀ ਜਿਹੜੇ ਗੁਰਪੁਰਬ ਨੇ ਉਹ ਗੁਰਦੁਆਰਾ ਸਾਹਿਬ ਵਿਖੇ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੜੀ ਵੱਡੀ ਪੱਧਰ ਦੇ ਉੱਤੇ ਜਿਹੜੇ ਨੇ ਉਹ ਮਨਾਏ ਜਾਂਦੇ। ਔਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜੋ 25 ਤਰੀਕ ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੇ ਮਨਾਇਆ, ਔਰ ਬੜੀ ਕਮਾਲ ਦੀ ਗੱਲ ਇਹ ਰਹੀ ਕਿ ਅੰਮ੍ਰਿਤ ਵੇਲੇ 3:30 ਵਜੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉਸ ਵਕਤ ਸੁਖ ਆਸਣ ਅਸਥਾਨ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਸਿੰਘਾਸਨਾਂ ਆਸਣਾਂ ਵੱਲ ਨੂੰ ਆਉਂਦੇ ਆ, ਉਸ ਵੇਲੇ ਸੰਗਤਾਂ ਜਿਹੜੀਆਂ ਮਹਾਰਾਜ ਉੱਪਰ ਫੁੱਲਾਂ ਦੀ ਵਰਖਾ ਕਰਦੀਆਂ। ਸਭ ਤੋਂ ਪਹਿਲਾਂ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ, ਬਹੁਤ ਸੰਗਤਾਂ ਦਾ ਇਕੱਠ ਸੀ ਫੁੱਲਾਂ ਦੀ ਵਰਖਾ ਕਰਨ ਵਾਸਤੇ, ਔਰ 3:30 ਵਜੇ ਤੋਂ ਵੀ ਪਹਿਲਾਂ ਸੰਗਤਾਂ 3 ਵਜੇ ਆਣ ਕੇ ਹੀ ਜਿਹੜੀਆਂ ਸੰਗਤਾਂ ਸੀ ਉਹ ਨਾਮ ਸਿਮਰਨ ਦੇ ਵਿੱਚ ਬੈਠੀਆਂ ਹੋਈਆਂ ਸੀ ਔਰ ਵੇਟ ਕਰ ਰਹੀਆਂ ਸੀ ਵੀ ਕਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਿਹੜਾ ਉਹ ਆਪਣੇ ਸਿੰਘਾਸਨਾਂ ਵੱਲ ਨੂੰ ਆਉਣਾ।
ਫੁੱਲਾਂ ਦੀ ਵਰਖਾ ਜਦੋਂ ਮਹਾਰਾਜ ਸਵੇਰੇ ਪ੍ਰਕਾਸ਼ਮਾਨ ਹੋਏ ਉੱਥੋਂ ਸ਼ੁਰੂਆਤ ਕਰਕੇ ਸਮਾਪਤੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਕੇ ਹੀ ਕੀਤੀ। ਔਰ ਅੰਮ੍ਰਿਤ ਵੇਲੇ ਦੇ ਦੀਵਾਨ ਆਸਾ ਕੀ ਵਾਰ ਦੇ ਕੀਰਤਨ ਨਿਤਨੇਮ ਢਾਡੀ ਵਾਰਾਂ ਸਾਰਾ ਕੁਛ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਨੂੰ ਸਮਰਪਿਤ ਹੋਇਆ। ਔਰ ਜਿਹੜੇ ਸ਼ਾਮ ਦੇ ਦੀਵਾਨ ਔਰ ਰਾਤਰੀ ਦੇ ਜਿਹੜੇ ਦੀਵਾਨ ਸੀ ਆ ਉਹ ਵੀ ਗੁਰੂ ਅਮਰਦਾਸ ਮਹਾਰਾਜ ਦੀ ਜੀਵਨੀ ਉਹਨਾਂ ਦੇ ਕੀਤੇ ਪਾਰਉਪਕਾਰ ਉਹਨਾਂ ਦਾ ਜੋ ਮਨੁੱਖਤਾ ਨੂੰ ਦੇਣ ਆ ਗੁਰੂ ਅਮਰਦਾਸ ਮਹਾਰਾਜ ਦੀ ਉਸ ਨੂੰ ਸਮਰਪਿਤ ਹੋ ਕੇ ਸਾਰੇ ਦੀਵਾਨ ਜਿਹੜੇ ਰਾਤ ਦੇ ਵੀ ਉਹ ਸਜਾਏ ਗਏ ਔਰ 8:15 ਰਾਤ ਨੂੰ ਆਰਤੀ ਸ਼ਬਦਾਂ ਦਾ ਕੀਰਤਨ ਹੋਇਆ ਜਿੱਥੇ ਰਾਗੀ ਜਥਿਆਂ ਨੇ ਹੋਰ ਹਾਜ਼ਰੀਆਂ ਭਰੀਆਂ, ਢਾਡੀਆਂ ਨੇ ਹਾਜ਼ਰੀਆਂ ਭਰੀਆਂ, ਕਥਾ ਵਾਚਕਾਂ ਨੇ ਕਥਾ ਦੁਆਰਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ, ਦਾਸ ਨੇ ਹਾਜ਼ਰੀ ਭਰੀ। ਉੱਥੇ ਫਿਰ 8:15 ਗੁਰੂ ਗ੍ਰੰਥ ਸਾਹਿਬ ਉੱਪਰ ਫਿਰ ਫੁੱਲਾਂ ਦੀ ਵਰਖਾ ਕਰਨ ਵਾਸਤੇ ਬਹੁਤ ਸੰਗਤਾਂ ਦਾ ਇਕੱਠ ਹੋਇਆ ਔਰ ਆਰਤੀ ਸ਼ਬਦਾਂ ਦੇ ਕੀਰਤਨ ਦੁਆਰਾ ਔਰ ਜਕਾਰਿਆਂ ਦੀ ਗੂੰਜ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜੇ ਗੁਰੂ ਗ੍ਰੰਥ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਕੇ ਧੰਨ ਗੁਰੂ ਅਮਰਦਾਸ ਦੀ ਧੁਨ ਜਿਹੜੀ ਹੈ ਉਹ ਲਾ ਕੇ ਇਸ ਤਰ੍ਹਾਂ ਬਹੁਤ ਸੰਗਤਾਂ ਨੇ ਆਨੰਦ ਮਾਣਿਆ ਜੀ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਜਿਹਨੂੰ ਮੈਨੂੰ ਬਹੁਤ ਪਰਸਨਲ ਤੌਰ 'ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਸੁਣ ਕੇ ਕਿ ਕਿੰਨੀ ਰੌਣਕਤਾ ਦੇ ਨਾਲ ਇਹ ਦਿਹਾੜਾ ਮਨਾਇਆ ਗਿਆ ਸਾਡੇ ਗੁਰਦੁਆਰੇ ਦੇ ਵਿੱਚ, ਖਾਸ ਕਰਕੇ ਨਿਊਯਾਰਕ ਦੇ ਵਿੱਚ, ਬਿਕੋਜ਼ ਇੱਥੇ ਮਤਲਬ ਇੱਕ ਫਾਈਨਲੀ ਲੱਗ ਰਿਹਾ ਕਿ ਚੀਜ਼ਾਂ ਖੁੱਲ੍ਹ ਰਹੀਆਂ ਐਂਡ ਸਾਡੇ ਲਈ, ਸਾਡੀ ਕੌਮ ਲਈ ਇਹ ਜੋ ਸਾਡੇ ਇੱਦਾਂ ਦੇ ਤਿਉਹਾਰ ਸਾਡੇ ਗੁਰਪੁਰਬ ਹੁੰਦੇ ਹੈ, ਇਹਨਾਂ ਤੋਂ ਵੱਡੀ ਕੀ ਚੀਜ਼ ਹੈ ਸਾਡੇ ਲਈ ਖੁਸ਼ੀ ਲਈ ਕਿ ਆਪਾਂ ਇੱਕ ਇਕੱਠ ਦੇ ਵਿੱਚ ਇਹਨਾਂ ਨੂੰ ਮਨਾ ਸਕਦੇ ਹਾਂ, ਇੱਕ ਵਾਰੀ ਫਿਰ ਮਨਾ ਸਕਦੇ ਹਾਂ। ਧਰਮਵੀਰ ਸਿੰਘ ਜੀ, ਹੈੱਡ ਗ੍ਰੰਥੀ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ ਨਾਲ ਜੁੜੇ। ਧਰਮਵੀਰ ਜੀ, ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਇਹ ਗੱਲ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਵਿਊਅਰਸ ਕਿੱਥੇ ਨਾ ਜਾਓ, ਮਿਲਦੇ ਹਾਂ ਤੁਹਾਨੂੰ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਅਤੇ ਅੱਜ ਬਹੁਤ ਹੀ ਖਾਸ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਮੈਨੂੰ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਸਾਨੂੰ ਸਾਡੇ ਇਤਿਹਾਸ ਬਾਰੇ, ਜੋ ਸਾਡੇ ਗੁਰੂਆਂ ਨੇ ਸਾਡੇ ਲਈ ਟੀਚਾ ਛੱਡਿਆ ਉਹਦੇ ਬਾਰੇ ਗੱਲ ਕਰਨ ਦਾ ਮੌਕਾ ਮਿਲਦਾ, ਮੈਨੂੰ ਆਪ ਨੂੰ ਬਹੁਤ ਵਧੀਆ ਲੱਗਦਾ। ਅਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਲੈਗਸੀ, ਉਹਨਾਂ ਦੀ ਕੀ ਦੇਣ ਰਹੀ ਹੈ, ਜਦੋਂ ਅੱਜ ਸਿੱਖ ਕੌਮ ਨੂੰ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਹੈ ਸੇਵਾ ਲਈ, ਲੰਗਰ ਦੀ ਭਾਵਨਾ ਨੂੰ ਅੱਗੇ ਵਧਾਉਣ ਵਾਲੀ ਕੌਮ, ਇਸ ਲੰਗਰ ਦੀ ਜੋ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਹੋਈ ਤੁਸੀਂ ਕਹਿ ਲਓ ਪ੍ਰੈਕਟਿਸ, ਲੈਗਸੀ, ਇਹ ਚੀਜ਼ ਦੇ ਵਿੱਚ ਕਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪਣੀ ਦੇਣ ਪਾਈ, ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ। ਅਤੇ ਹੋਰ ਉਹਨਾਂ ਦੇ ਕੀ ਵੱਖ ਵੱਖ, ਮੈਂ ਕਹਾਂਗੀ ਇਤਿਹਾਸਿਕ ਤੌਰ 'ਤੇ ਡਿਸਕਸ਼ਨ ਪੁਆਇੰਟ ਸਾਡੇ ਨਾਲ ਸਾਂਝੇ ਕਰ ਸਕਦੇ ਹੈ ਸਾਡੇ ਅੱਜ ਦੇ ਗੈਸਟ ਨੂੰ। ਇੱਕ ਵਾਰੀ ਫਿਰ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਹੈੱਡ ਗ੍ਰੰਥੀ ਜੀ, ਧਰਮਵੀਰ ਸਿੰਘ ਜੀ, ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਤੋਂ। ਇੱਕ ਵਾਰੀ ਫਿਰ ਧਰਮਵੀਰ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਧਰਮਵੀਰ ਜੀ, ਅੱਜ ਦੀ ਡੇਟ ਦੇ ਵਿੱਚ ਖਾਸ ਕਰਕੇ ਇੱਕ ਵਾਰੀ ਫਿਰ ਨਿਊਯਾਰਕ ਦੇ ਵਿੱਚ, ਬਟ ਮੈਂ ਕਿਹਾ ਕਹਾਂਗੀ ਦੁਨੀਆ ਭਰ, ਸਿੱਖਾਂ ਨੂੰ ਲੰਗਰ ਦੀ ਸੇਵਾ, ਲੰਗਰ ਦੀ ਭਾਵਨਾ ਦੇ ਨਾਲ ਪਹਿਚਾਣਿਆ ਜਾਂਦਾ ਹੈ। ਕੋਵਿਡ ਦੇ ਵਿੱਚ ਸਿੱਖਾਂ ਨੇ ਕਿੰਨੇ ਵੱਡ ਚੜ੍ਹ ਕੇ ਲੰਗਰ ਦੀ ਸੇਵਾ ਕੀਤੀ ਸਾਰਿਆਂ ਲਈ, ਬਟ ਇਹ ਤਾਂ ਸਾਡੇ ਮਤਲਬ ਰਗਾਂ ਦੇ ਵਿੱਚ ਇਹ ਚੀਜ਼ ਹੈਗੀ, ਸਾਡੇ ਲਈ ਕੋਈ ਨਵੀਂ ਚੀਜ਼ ਨਹੀਂ ਹੈ। ਅਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕਿਸ ਤਰ੍ਹਾਂ ਇਸ ਚੀਜ਼ ਨੂੰ ਹੋਰ ਉਭਾਰਿਆ, ਪਲੀਜ਼। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਵਿਚਾਰਧਾਰਾ ਹੈਗੀ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜੇ ਸਾਨੂੰ 3 ਅਸੂਲ ਦਿੱਤੇ ਸੀ ਪਹਿਲੇ ਪਾਤਸ਼ਾਹ ਨੇ, ਕਿਰਤ ਕਰਨੀ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਜੀ। ਗੁਰੂ ਨਾਨਕ ਦੇਵ ਸਾਹਿਬ ਨੇ ਵੰਡ ਛਕਣ ਦੀ ਜਿਹੜੀ ਬਾਤ ਸੀਗੀ ਉਹ ਸਾਡੀ ਝੋਲੀ ਦੇ ਵਿੱਚ ਪਾਈ, ਔਰ ਲਗਾਤਾਰ ਗੁਰੂ ਨਾਨਕ ਦੇਵ ਸਾਹਿਬ ਤੋਂ ਹੀ ਚੱਲਦੇ ਹੋਇਆਂ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਗੁਰੂ ਅਮਰਦਾਸ ਸਾਹਿਬ ਦਾ ਮਨਾ ਰਹੇ ਹਾਂ, ਜਿਨ੍ਹਾਂ ਦਾ ਆਗਮਨ ਪ੍ਰਕਾਸ਼ ਸੰਨ 1479 ਦੇ ਵਿੱਚ, ਇਹ ਵੀ ਮੈਂ ਜ਼ਿਕਰ ਜ਼ਰੂਰ ਕਰਦੇ ਹਾਂ ਕਿ ਅੱਜ ਆਪਾਂ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋ ਕੇ ਆਪਾਂ ਬੈਠੇ ਹੋਏ ਹਾਂ। ਔਰ 1479 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼, ਉਹਨਾਂ ਦਾ ਆਗਮਨ ਹੁੰਦਾ ਹੈ ਅੰਮ੍ਰਿਤਸਰ ਸਾਹਿਬ ਦੇ ਨੇੜੇ, ਇਹ ਨਗਰ ਹੈ ਬਾਸਰ ਕੇ, ਤੇ ਪਿਤਾ ਜੀ ਦਾ ਨਾਮ ਉਹਨਾਂ ਦਾ ਤੇਜ ਭਾਨ ਔਰ ਮਾਤਾ ਜੀ ਦਾ ਨਾਮ ਮਾਤਾ ਲਕਸ਼ਮੀ, ਕਈਆਂ ਵਿਦਵਾਨਾਂ ਨੇ ਸੁਲੱਖਣੀ ਵੀ ਨਾਲ ਉਹਨਾਂ ਦਾ ਨਾਮ ਜਿਹੜਾ ਉਹ ਲਿਖਿਆ। ਕਮਾਲ ਦੀ ਗੱਲ ਇਹ ਰਹੀ ਜੀ ਵੀ ਗੁਰੂ ਨਾਨਕ ਦੇਵ ਸਾਹਿਬ ਨਾਲੋਂ ਗੁਰੂ ਅਮਰਦਾਸ ਸਿਰਫ 10 ਸਾਲ ਛੋਟੇ ਜੀ ਉਮਰ ਦੇ ਵਿੱਚ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈਗਾ, ਆਗਮਨ ਹੈ, ਉਹ ਹੈਗਾ 1469 ਦੇ ਵਿੱਚ ਜੀ।
ਤੇ ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਆਗਮਨ ਹੈਗਾ ਪ੍ਰਕਾਸ਼ ਉਹ ਹੈਗਾ ਆ 1479 ਦੇ ਵਿੱਚ। ਤੀਜੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਨਾਲੋਂ ਸਿਰਫ 10 ਸਾਲ ਛੋਟੇ। ਔਰ ਕਮਾਲ ਦੀ ਗੱਲ ਇਹ ਰਹੀ ਕਿ ਦੂਜੇ ਪਾਤਸ਼ਾਹ ਜਿਨ੍ਹਾਂ ਨੂੰ ਗੁਰਤਾ ਗੱਦੀ ਪਹਿਲਾਂ ਮਿਲ ਗਈ ਹੈ ਉਹ ਗੁਰੂ ਨਾਨਕ ਦੇਵ ਸਾਹਿਬ ਨਾਲੋਂ 35 ਸਾਲ ਵਾਹ ਛੋਟੇ ਨੇ ਜੀ ਉਮਰ ਦੇ ਵਿੱਚ। ਜੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਿਹੜਾ ਆਗਮਨ ਪ੍ਰਕਾਸ਼ ਹੈਗਾ ਉਹ ਸੰਨ 1504 ਦੇ ਵਿੱਚ। ਜੀ ਪਰ ਇੱਥੇ ਇੱਕ ਗੱਲ ਜਿਵੇਂ ਸੇਵਾ ਦੀ ਆਪ ਜੀ ਨੇ ਗੱਲ ਕੀਤੀ ਉਹ ਵੀ ਮੈਂ ਕਰਾਂਗਾ, ਪਰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਗੁਰੂ ਨਾਨਕ ਦੇ ਘਰ ਵਿੱਚ ਨਾ ਉਮਰ ਦਾ ਕੋਈ ਤਕਾਜ਼ਾ ਤੇ ਨਾ ਕੋਈ ਰਿਸ਼ਤਿਆਂ ਦਾ ਤਕਾਜ਼ਾ। ਇੱਥੇ ਤਾਂ ਕਮਾਈ ਦੀ ਗੱਲ, ਇੱਥੇ ਤਾਂ ਸੇਵਾ ਦੀ ਗੱਲ, ਸੇਵਾ ਦੀ ਗੱਲ। ਜਿਹਨੇ ਪਹਿਲਾਂ ਸੇਵਾ ਕਰ ਲਈ, ਜਿਹਨੇ ਪਹਿਲਾਂ ਹੁਕਮ ਦੀ ਪਾਲਣਾ ਕਰ ਲਈ ਤੇ ਉਹਨੇ ਗੁਰੂ ਨਾਨਕ ਨੂੰ ਰਿਝਾ ਲਿਆ, ਗੁਰੂ ਨਾਨਕ ਨੂੰ ਖੁਸ਼ ਕਰ ਲਿਆ। ਜੀ ਤਾਂ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਤੋਂ ਬਾਅਦ ਉਹਨਾਂ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਨੂੰ ਦਿੱਤੀ। ਔਰ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਨਾਲੋਂ 35 ਸਾਲ ਛੋਟੇ ਆ, ਗੁਰੂ ਅਮਰਦਾਸ ਸਾਹਿਬ ਨਾਲੋਂ ਉਮਰ ਦੇ ਵਿੱਚ 25 ਸਾਲ ਛੋਟੇ ਆ, ਪਰ ਗੁਰਤਾ ਗੱਦੀ ਉਹਨਾਂ ਨੂੰ ਦੂਸਰੇ ਨੰਬਰ ਤੇ ਪ੍ਰਾਪਤ ਹੋ ਗਈ। ਕਮਾਈ ਮਾਲਕ ਦੇ ਦਰੋਂ, ਵਾਹਿਗੁਰੂ ਦੇ ਘਰੋਂ ਬਖਸ਼ਿਸ਼ ਉਹਨਾਂ ਨੂੰ ਮਿਲੀ। ਗੁਰੂ ਅਮਰਦਾਸ ਮਹਾਰਾਜ ਨੇ ਜਿਹੜੀ ਗੁਰੂ ਅੰਗਦ ਦੇਵ ਸਾਹਿਬ ਦੂਜੇ ਪਾਤਸ਼ਾਹ ਦੀ ਸੇਵਾ ਕੀਤੀ ਹੈ, ਉਹਨਾਂ ਨੇ ਸੇਵਾ ਹੀ ਤਕਰੀਬਨ 62 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ। ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਸੇਵਾ ਦੇ ਵਿੱਚ ਆਏ ਗੁਰੂ ਅੰਗਦ ਦੇਵ ਸਾਹਿਬ ਦੀ, ਉਦੋਂ ਉਹਨਾਂ ਦੀ ਜਿਹੜੀ ਏਜ ਆ ਸਰੀਰਕ ਤੌਰ ਦੇ ਉੱਤੇ ਜਿਹੜੀ ਉਮਰ ਹੈ ਉਹਨਾਂ ਦੀ ਉਹ 62 ਸਾਲ ਦੀ ਹੈਗੀ ਉਸ ਵੇਲੇ। ਜੀ ਔਰ 62 ਸਾਲ ਦੀ ਉਮਰ ਤੋਂ ਲੈ ਕੇ ਜਿੱਥੇ ਆਪਾਂ ਲੰਗਰ ਦੀ ਗੱਲ ਕਰਦੇ ਹਾਂ, ਸੇਵਾ ਬੜੀ ਤਰ੍ਹਾਂ ਦੀ ਗੁਰੂ ਨਾਨਕ ਦੇ ਘਰ 'ਚ ਬਹੁਤ ਤਰ੍ਹਾਂ ਦੀ ਸੇਵਾ, ਮਨੁੱਖਤਾ ਦੀ ਸੇਵਾ, ਇਨਸਾਨੀਅਤ ਭਾਵਨਾ ਨਾਲ ਸੇਵਾ ਕਰਨੀ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਵੰਡ ਛਕਣਾ ਆ ਗਿਆ ਇਹਦੇ 'ਚ, ਔਰ ਇੱਥੋਂ ਤੱਕ ਹੈ ਕਿ ਮਨੁੱਖਤਾ ਦਾ ਕਿਸੇ ਗਰੀਬ ਦਾ ਭਲਾ ਕਰਨਾ, ਕਿਸੇ ਡਿੱਗੇ ਨੂੰ ਉਠਾਉਣਾ, ਕਿਸੇ ਦਾ ਬੱਚਾ ਆਸ਼ਮਿਤਾ ਜੀ ਕੋਈ ਬੱਚਾ ਪੜ੍ਹ ਨਹੀਂ ਸਕਦਾ, ਗਰੀਬ ਬੱਚਾ ਆ ਉਹ ਪੜ੍ਹਨ ਦੇ ਵਿੱਚ ਹੁਸ਼ਿਆਰ ਆ ਪਰ ਉਹ ਫੀਸ ਨਹੀਂ ਦੇ ਸਕਦਾ, ਉਹ ਖਰਚਾ ਨਹੀਂ ਕਰ ਸਕਦਾ, ਉਹਦੀ ਸੇਵਾ ਵੀ ਕੋਈ ਕਿਤੇ ਉਹਦੀ ਹੈਲਪ ਕਰਨੀ, ਉਹਦੀ ਮਦਦ ਕਰਨੀ, ਇਹ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਮੰਨੀ ਗਈ ਆ। ਔਰ ਜੰਗ ਦੇ ਮੈਦਾਨ 'ਚ ਕਈ ਜੂਝ ਰਹੇ ਆ, ਉਹਨੂੰ ਵੀ ਉਹ ਕਹਿ ਰਹੇ ਕਿ ਅਸੀਂ ਪੰਥ ਦੀ, ਕੌਮ ਦੀ, ਦੇਸ਼ ਦੀ ਅਸੀਂ ਸੇਵਾ ਕਰ ਰਹੇ ਹਾਂ, ਮਨੁੱਖਤਾ ਦਾ ਭਲਾ ਕਰ ਰਹੇ ਹਾਂ। ਤੋ ਕਹਿਣ ਦਾ ਭਾਵ ਕਿ ਸੇਵਾ ਜਿਹੜੀ ਹੈ ਨਾ ਜੀ, ਇਹਦੇ ਬਹੁਤ ਪੱਖ ਨੇ, ਬੜਾ ਵਿਸਥਾਰ ਹੈ ਸੇਵਾ ਦਾ। ਗੁਰੂ ਨਾਨਕ ਦੇ ਘਰ ਵਿੱਚ ਦੋ ਚੀਜ਼ਾਂ ਨੂੰ ਪਹਿਲ ਦਿੱਤੀ ਗਈ, ਸੇਵਾ ਤੇ ਸਿਮਰਨ। ਜਿੱਥੇ ਨਾਮ ਜਪਣਾ, ਸਿਮਰਨ ਕਰਨਾ, ਉੱਥੇ ਸੇਵਾ ਨਾਲ ਨਾਲ। ਇਹ ਸਿੱਖੀ ਦੇ, ਸਿੱਖ ਇਜ਼ਮ ਜਿਸ ਨੂੰ ਆਪਾਂ ਕਹਿੰਦੇ ਹਾਂ, ਇਹਨੂੰ ਮੈਂ ਸ਼ਬਦ ਵਰਤਦਾ ਸਿੱਖੀ, ਸਿੱਖੀ ਦੇ ਇਹ ਦੋ ਥੰਮ ਨੇ। ਜਿਵੇਂ ਕਿਸੇ ਬਿਲਡਿੰਗ ਨੂੰ ਖੜਾ ਕਰਨ ਵਾਸਤੇ ਉਹਦੇ ਨੀਚੇ ਆਪਾਂ ਪਿੱਲਰ ਦਿੰਦੇ ਹਾਂ ਜਾਂ ਆਪਾਂ ਕੰਧਾਂ ਕਰਦੇ ਹਾਂ, ਸਿੱਖੀ ਦੇ ਮਹੱਲ ਨੂੰ ਖੜਾ ਕਰਨ ਵਾਸਤੇ ਗੁਰੂ ਸਾਹਿਬ ਨੇ ਇਹ ਮੇਨ ਰੂਪ ਦੇ ਵਿੱਚ ਦੋ ਪਿੱਲਰ ਜਿਹੜੇ ਆ ਇਹਨੂੰ ਦਿੱਤੇ ਆ, ਉਹਦੇ ਵਿੱਚ ਸਿਮਰਨ ਤੇ ਸੇਵਾ, ਦੋਨੋਂ ਇੱਕ ਦੂਜੇ ਦੇ ਪੈਰਲਰ ਆ ਔਰ ਨਾਲ ਨਾਲ ਚੱਲਦੇ ਆ। ਜਿੱਥੇ ਸਿਮਰਨ ਦੀ ਗੱਲ ਆ, ਸਿਮਰਨ ਕਰਕੇ ਕੋਈ ਮਨੁੱਖ ਹੰਕਾਰੀ ਨਾ ਹੋ ਜਾਏ ਕਿਤੇ, ਮੈਂ ਤਾਂ ਜੀ 3 ਵਜੇ ਉੱਠ ਖਲੋਨਾ ਜੀ, ਮੈਂ ਤਾਂ ਬੜਾ ਸਿਮਰਨ ਕਰਦਾ ਜੀ, ਮੈਂ ਤਾਂ ਬੜੀ ਬੰਦਗੀ ਕਰਦਾ ਜੀ, ਮੈਂ ਤਾਂ ਬੜੀ ਬਿਰਤੀ ਟਿਕਾਉਣਾ, ਮੈਂ ਦੂਜਿਆਂ ਨੂੰ ਨਾਮ ਜਪਾਉਣਾ। ਉੱਥੇ ਫਿਰ ਜਦੋਂ ਕਿਤੇ ਕੋਈ ਭਾਂਡੇ ਮਾਂਜਦਾ ਆ, ਜਦੋਂ ਕਿਤੇ ਕੋਈ ਤੱਪੜ ਝਾੜਦਾ ਆ, ਕੋਈ ਗੁਰਦੁਆਰਾ ਸਾਹਿਬ ਧਰਮ ਅਸਥਾਨਾਂ ਤੇ ਜਾ ਕੇ ਕੋਈ ਝਾੜੂ ਫੇਰਦਾ, ਕੋਈ ਵਹਿਕਮ ਕਰਦਾ ਆ, ਕੋਈ ਪੋਚੇ ਲਾਉਂਦਾ ਆ, ਕੋਈ ਕੱਪੜੇ ਧੋਂਦਾ ਆ, ਤਾਂ ਉੱਥੇ ਨਾਲ ਨਾਲ ਫਿਰ ਤੁਹਾਡੀ ਹਉਮੈ ਜਿਹੜੀ ਆ, ਤੁਹਾਡਾ ਹੰਕਾਰ ਹੈ ਜਿਹੜਾ, ਉਹ ਤੁਹਾਡਾ ਨਾਲ ਨਾਲ ਮੁੱਕਦਾ ਆ। ਮਤਲਬ ਇਸ ਤਰ੍ਹਾਂ ਸੇਵਾ ਦੇ ਕਈ ਪੱਖ ਨੇ। ਸ੍ਰੀ ਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਆਉਂਦੇ ਔਰ 62 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਉਹਨਾਂ ਨੇ ਗਾਗਰ ਟੋਈ ਆ। ਜੀ ਅੱਜ ਕੱਲ੍ਹ ਹੁਣ ਕਈ ਵਾਰੀ ਬੱਚਿਆਂ ਨੂੰ ਦੱਸਣਾ ਜਿਹੜਾ ਉਹ ਔਖਾ ਹੋ ਜਾਂਦਾ ਵੀ ਗਾਗਰ ਕਿਹਨੂੰ ਕਹਿੰਦੇ ਆ। ਪਿੱਤਲ ਦਾ ਬਰਤਨ ਹੁੰਦਾ, ਜਿਵੇਂ ਘੜਾ ਹੁੰਦਾ ਨਾ ਵੱਡਾ ਬਰਤਨ ਜਿਹਦੇ ਵਿੱਚ ਵਾਹਵਾ ਪਾਣੀ ਪੈ ਜਾਂਦਾ, ਤੇ ਉਹ ਜਿੱਦਾਂ 20-25 ਲੀਟਰ ਕਹਿ ਲਓ ਤੁਸੀਂ ਵੀ ਉਹਦੇ 'ਚ ਪਾਣੀ ਪੈ ਜਾਂਦਾ। ਐਡੀਆਂ ਐਡੀਆਂ ਗਾਗਰਾਂ ਵੀ ਹੈਗੀਆਂ ਸੀ। ਖਡੂਰ ਸਾਹਿਬ ਤੋਂ ਰੋਜ਼ ਅੰਮ੍ਰਿਤ ਵੇਲੇ ਤੁਰਨਾ, ਨੇੜੇ ਬਿਆਸਾ ਦਰਿਆ ਅੱਜ ਕੱਲ੍ਹ ਗੋਇੰਦਵਾਲ ਸਾਹਿਬ ਦੇ ਨੇੜੇ ਇਹ ਵਗਦਾ ਹੈ, ਔਰ ਉਹਦੇ ਵਿੱਚੋਂ ਰੋਜ਼ ਪਾਣੀ ਦੀ ਗਾਗਰ ਭਰ ਕੇ ਲਿਆ ਕੇ ਗੁਰੂ ਅੰਗਦ ਦੇਵ ਸਾਹਿਬ ਨੂੰ ਇਸ਼ਨਾਨ ਕਰਾਉਣਾ ਹੁੰਦਾ। ਹੁਣ ਤੁਸੀਂ ਇਹ ਆਈਡੀਆ ਲਾਓ ਕਿ 62 ਸਾਲ ਦੀ ਉਮਰ ਤੋਂ ਲੈ ਕੇ 12 ਸਾਲ ਗਾਗਰ ਲਗਾਤਾਰ ਢੋ ਕੇ ਜਿਸ ਦਿਨ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਮਿਲਦੀ ਹੈ ਉਹਨਾਂ ਦੀ ਉਮਰ 74 ਸਾਲ ਦੀ ਹੈ ਉਸ ਵਕਤ। ਜੀ 12 ਸਾਲ ਗਾਗਰ ਢੋਣੀ, ਔਰ ਜਦੋਂ ਅਸੀਂ ਅੱਜ ਵੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾਂਦੇ ਹਾਂ ਨਾ ਜੀ, ਜੀ
ਤੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਉਂਦਾ ਹੈ, ਗੁਰਦੁਆਰਾ ਦਮਦਮਾ ਸਾਹਿਬ। ਹਾਂਜੀ ਤੇ ਉੱਥੇ ਆ ਕੇ ਬਾਬਾ ਅਮਰਦਾਸ ਥੋੜੀ ਦੇਰ ਸਾਹ ਲੈਂਦੇ ਸੀਗੇ, ਜੀ ਗਾਗਰ ਨਹੀਂ ਸੀ ਮੋਢੇ ਤੋਂ ਲਾਉਂਦੇ। ਜੀ ਉੱਥੇ ਅੱਜ ਵੀ ਉਹ ਦਰਖਤ ਹੈਗਾ ਜੀ, ਉਸ ਦਰਖਤ ਨਾਲ ਇਸ ਤਰ੍ਹਾਂ ਮੋਢੇ ਦੇ ਉੱਤੇ ਗਾਗਰ ਰੱਖੀ ਹੋਈ ਹੈ, ਇਸ ਤਰ੍ਹਾਂ ਬੈਕ ਨੂੰ ਪਿਛਲੇ ਪਾਸੇ, ਅਸੀਂ ਇਹਨੂੰ ਕਹਿ ਦਿੰਦੇ ਢੋ ਲਾ ਲੈਣੀ, ਢਾਸਣਾ ਲਾ ਹਾਂਜੀ ਲੈਣਾ, ਤੇ ਥੋੜੀ ਹਾਂਜੀ ਦੇਰ ਸਾਹ ਲੈ ਕੇ ਤੇ ਫਿਰ ਹਾਂਜੀ ਅੱਗੇ ਚੱਲਣਾ। ਜੀ ਉੱਥੇ ਇੰਨੇ ਸਾਲ, 12 ਸਾਲ ਸੇਵਾ ਕਰਨੀ, ਫਿਰ ਲੰਗਰ ਦੀ ਜਿਹੜੀ ਗੱਲ ਆਉਂਦੀ ਉਹ ਵੀ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ ਕਿ ਕਿਵੇਂ ਗੁਰੂ ਅਮਰਦਾਸ ਨੇ ਉਸ ਨੂੰ ਇੱਕ ਨਵਾਂ ਰੂਪ ਦਿੱਤਾ। ਪਰ ਅੱਜ ਦੇ ਸਮਾਜ ਵਿੱਚ ਇੱਕ ਬੜੀ ਜ਼ਰੂਰੀ ਗੱਲ ਸਾਂਝੀ ਕਰਨ ਵਾਲੀ ਹੈ, ਮੈਂ ਤੁਹਾਨੂੰ ਉਹ ਜ਼ਰੂਰ ਜੀ ਸੰਗਤ ਨਾਲ ਸਾਂਝੀ ਕਰਨੀ ਜੀ ਚਾਹੁੰਦਾ। ਜੀ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅਮਰਦਾਸ, ਇਹ ਦੋਵੇਂ ਆਪਸ ਦੇ ਵਿੱਚ ਕੁੜਮਿਆਂ, ਕੁੜਮ ਰਿਸ਼ਤੇਦਾਰ ਹੁੰਦੇ ਆ, ਜਿਹਦੀ ਇੱਕ ਲੜਕੀ ਦੂਜੇ ਦੇ ਘਰ ਵਿਆਹੀ ਹੈ, ਇੱਕ ਹਾਂਜੀ ਪਰਿਵਾਰ ਦਾ ਲੜਕਾ ਹੈ ਤੇ ਦੂਜੇ ਦੀ ਲੜਕੀ ਹੈ। ਗੁਰੂ ਅਮਰਦਾਸ ਸਾਹਿਬ ਦੇ ਭਰਾ, ਉਹਨਾਂ ਦਾ ਨਾਮ ਸੀ ਮਾਣਕ ਚੰਦ, ਜੀ ਮਾਣਕ ਚੰਦ ਜੀ ਦਾ ਲੜਕਾ ਸੀ ਭਾਈ ਜੱਸੂ, ਜੀ ਇਹ ਹੋ ਗਿਆ ਗੁਰੂ ਅਮਰਦਾਸ ਜੀ ਦਾ ਭਤੀਜਾ। ਜੀ ਉਹਦੇ ਨਾਲ ਗੁਰੂ ਅੰਗਦ ਦੇਵ ਸਾਹਿਬ ਦੀ ਬੇਟੀ ਬੀਬੀ ਅਮਰੋ ਵਿਆਹੀ ਸੀ। ਅੱਛਾ ਜੀ ਇਹ ਦੋਨੋਂ ਕੁੜਮ ਨੇ, ਜਿਵੇਂ ਹੁਣ ਇੱਕ ਦਾ ਭਰਾ ਭਰਾ ਉਹਨਾਂ ਦਾ ਗੁਰੂ ਅੰਗਦ ਦੇਵ ਹਾਂਜੀ ਜੀ ਦਾ, ਮੇਰਾ ਹਾਂਜੀ ਭਰਾ ਗੁਰੂ ਅੰਗਦ ਦੇਵ ਜੀ ਦਾ, ਜਿੱਦਾਂ ਕਹਿ ਲਈਏ ਵੀ ਕਿਸੇ ਰਿਸ਼ਤੇਦਾਰ ਦਾ ਕੁੜਮ ਆ, ਤੇ ਉਹ ਆਪਸ ਕੁੜਮਾਚਾਰੀ ਹੋ ਗਏ ਨਾ ਜੀ ਉਹਨਾਂ ਦੇ। ਜੀ 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 ਇੱਥੇ ਇੱਕ ਬੜੀ ਵੱਡੀ ਗੱਲ ਅੱਜ ਸਾਂਝੀ ਕਰਨ ਵਾਲੀ ਆ ਵੀ ਲੜਕੀ ਜਿਹੜੀ ਹੈ ਉਹ ਗੁਰੂ ਅੰਗਦ ਦੇਵ ਦੀ ਉਹਨਾਂ ਦੇ ਘਰ ਵਿਆਹੀ ਹੈ, ਜਿਹੜੀ ਉਹਨਾਂ ਦੀ ਨੂੰਹ ਆ। ਜੀ ਅੰਮ੍ਰਿਤ ਵੇਲੇ ਇੱਕ ਵਾਰੀ ਇਸ ਤਰ੍ਹਾਂ ਦਾ ਵੀ ਭਾਣਾ ਵਰਤਿਆ ਸੀਗਾ ਵੀ ਬਾਬੇ ਅਮਰਦਾਸ ਨੂੰ ਇੱਕ ਬ੍ਰਹਮਚਾਰੀ ਸਾਧੂ ਨੇ ਕਿਹਾ ਸੀ, ਇਹ ਹਰਿਦੁਆਰ ਜਾਂਦੇ ਹੁੰਦੇ ਸੀਗੇ ਇਸ਼ਨਾਨ ਕਰਨ ਤੇ ਉੱਥੇ ਦਾਨ ਪੁੰਨ ਕਰਦੇ ਸੀ ਬਾਬਾ ਅਮਰਦਾਸ, ਇੱਕ ਬ੍ਰਹਮਚਾਰੀ ਸਾਧੂ ਨੇ ਉਹਨਾਂ ਨੂੰ ਕਿਹਾ ਸੀ ਵੀ ਅਮਰਦਾਸ ਤੇਰਾ ਗੁਰੂ ਕੌਣ ਆ? ਉਹ ਕਹਿੰਦੇ ਵੀ ਮੇਰਾ ਗੁਰੂ ਤਾਂ ਕੋਈ ਨਹੀਂ ਆ, ਇਹ ਤਾਂ ਗੁਰੂ ਵਾਲਾ ਬਣਿਆ ਹੀ ਨਹੀਂ। ਜੀ ਉਹ ਬ੍ਰਹਮਚਾਰੀ ਸਾਧੂ ਬੜਾ ਗੁੱਸੇ ਹੋਇਆ, ਉਹ ਕਹਿੰਦਾ ਉਹ ਤੇਰੇ ਤਾਂ ਮੱਥੇ ਲੱਗਣਾ ਮਾੜਾ। ਜੀ ਉਹਨੇ ਬ੍ਰਹਮਚਾਰੀ ਸਾਧੂ ਨੇ ਕਿਹਾ ਸੀ ਵੀ ਤੇਰੇ ਤਾਂ ਮੱਥੇ ਲੱਗਣਾ ਮਾੜਾ ਹੈ, ਜੀ ਵੀ ਜੇ ਤੇਰਾ ਕੋਈ ਨਹੀਂ, ਉਹ ਬੜਾ ਲੋਹਾ ਲਾਖਾ ਹੋਇਆ, ਗੁੱਸਾ ਹੋ ਕੇ ਗੁੱਸੇ ਹੋ ਕੇ ਚਲਾ ਗਿਆ। ਬਾਬੇ ਅਮਰਦਾਸ ਦੇ ਦਿਲ 'ਚ ਫਿਰ ਇਹ ਭਾਵਨਾ ਜਾਗੀ ਕਿ ਮੈਂ ਹੁਣ ਗੁਰੂ ਵਾਲਾ ਬਣਨਾ, ਤੇ ਬੀਬੀ ਅਮਰੋ ਜਿਹੜੀ ਉਹਨਾਂ ਦੇ ਭਰਾ ਦੀ ਨੂੰਹ ਆ, ਇਹ ਅੰਮ੍ਰਿਤ ਵੇਲੇ ਦੁੱਧ ਰਿੜਕਦੀ ਸੀਗੀ, ਜੀ ਜਿਵੇਂ ਪਿੱਛੇ ਸੁਹਾਣੀਆਂ ਜਿਹੜੀਆਂ ਸਾਡੀਆਂ ਮਾਵਾਂ ਸੀ, ਦਾਦੀਆਂ ਨਾਨੀਆਂ ਹਾਂਜੀ ਸੀ, ਉਹ ਅੰਮ੍ਰਿਤ ਵੇਲੇ ਉੱਠ ਕੇ ਸਵੇਰੇ ਮਧਾਣੀ ਹਾਂਜੀ ਪਾ ਲੈਂਦੀਆਂ ਚਾਟੀ 'ਚ ਜੀ ਤੇ ਦੁੱਧ ਰਿੜਕਦੀਆਂ ਸੀ, ਤਾਂ ਇਹ ਦੁੱਧ ਰਿੜਕਦੀ ਹੋਈ ਗੁਰੂ ਨਾਨਕ ਦੇਵ ਸਾਹਿਬ ਦਾ ਸ਼ਬਦ ਗਾ ਰਹੀ ਸੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਤਸਕੀਨੀ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਤੇ ਬਾਬਾ ਅਮਰਦਾਸ ਕਿਤੇ ਅੰਮ੍ਰਿਤ ਵੇਲੇ ਉੱਠ ਕੇ ਟਹਿਲ ਰਹੇ ਤੇ ਉਹਨਾਂ ਦੇ ਕੰਨਾਂ 'ਚ ਆਵਾਜ਼ ਪਈ ਜੀ ਕਿ ਸਾਡੀ ਜਿਹੜੀ ਨੂੰਹ ਰਾਣੀ ਆ ਵੀ ਉਹ ਸ਼ਬਦ ਪੜ੍ਹ ਰਹੀ, ਬਾਣੀ ਪੜ੍ਹਦੀ ਆ। ਜੀ ਜਦੋਂ ਫਿਰ ਦਿਨ ਚੜਿਆ ਤੇ ਬਾਬੇ ਅਮਰਦਾਸ ਨੇ ਫਿਰ ਉਹਨਾਂ ਨੂੰ ਕਿਹਾ, ਇਹ ਬੀਬੀ ਅਮਰੋ ਨੂੰ ਆਪਣੀ ਨੂੰਹ ਨੂੰ, ਭਰਾ ਦੀ ਨੂੰਹ ਸੀ ਉਹਨਾਂ ਦੀ, ਇੱਕੋ ਪਰਿਵਾਰ ਸੀ ਇਕੱਠਾ, ਇੱਕ ਇਹਦੇ ਚੋਂ ਬੜੀਆਂ ਚੀਜ਼ਾਂ ਅਸ਼ਮਿਤਾ ਜੀ ਭੈਣ ਜੀ ਨਿਕਲ ਕੇ ਆਉਣੀਆਂ ਜੀ ਕਿ ਇੱਕ ਤੇ ਵੇਖੋ ਪਰਿਵਾਰ ਇਕੱਠੇ ਸੀ ਉਸ ਵਕਤ, ਹਾਂਜੀ ਹਾਂਜੀ ਤਾਂ ਹੀ ਉਹ ਆਵਾਜ਼ ਸੁਣੀ ਨਾ, ਭਰਾ ਦੀ ਨੂੰਹ ਸ਼ਬਦ ਪੜ੍ਹ ਰਹੀ ਹੈ ਤੇ ਉਹ ਬਿਲਕੁਲ ਵਿਹੜੇ 'ਚ ਨੇ। ਬਿਲਕੁਲ ਅੱਛਾ, ਸੈਕੰਡ ਇਹ ਉਮਰ ਦਾ ਕੋਈ ਤਕਾਜ਼ਾ ਨਹੀਂ, ਤੇ ਦਿਨੇ ਉਹਨੂੰ ਨੂੰਹ ਰਾਣੀ ਨੂੰ ਕਹਿੰਦੇ ਵੀ ਅਮਰੋ ਪੁੱਤ ਜਿਹੜੀ ਸਵੇਰੇ ਬਾਣੀ ਤੂੰ ਪੜ੍ਹਦੀ ਸਾਂ ਤੇ ਮੈਨੂੰ ਹੋਰ ਕਿਰ ਸੁਣਾ ਇੱਕ ਵਾਰੀ। ਉਹਨੇ ਨੂੰਹ ਰਾਣੀ ਨੇ ਸੁਣਾਈ ਤੇ ਕਹਿੰਦੇ ਵੀ ਕਿਹਦੀ ਬਾਣੀ ਹੈ ਇਹ? ਕਹਿੰਦੀ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ, ਤੇ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆ। ਅੱਛਾ ਵਾਹ, ਉਸ ਵਕਤ ਗੁਰੂ ਬਾਬੇ ਅਮਰਦਾਸ ਨੇ ਆਖਿਆ ਸੀ, ਕਹਿੰਦੇ ਅਮਰੋ ਤੇਰੇ ਨਾਂ ਤੇ ਮੇਰੇ ਨਾਂ ਵਿੱਚ ਫਰਕ ਥੋੜਾ ਹੀ ਆ, ਤੂੰ ਸਾਡੀ ਧੀ ਆ, ਤੇਰਾ ਨਾਂ ਅਮਰੋ ਤੇ ਮੇਰਾ ਨਾਂ ਅਮਰਦਾਸ, ਜੀ ਤੇ ਪੁੱਤ ਅਮਰੋ ਤੂੰ ਤੇ ਗੁਰੂ ਨਾਨਕ ਦੀ ਬਾਣੀ ਪੜ੍ਹ ਪੜ੍ਹ ਕੇ ਅਮਰੋ ਤੂੰ ਤੇ ਹੋ ਗਈ ਅਮਰ, ਤੇ ਵਾਹ ਅਮਰਦਾਸ ਅਜੇ 62 ਸਾਲ ਦੀ ਉਮਰ ਤੱਕ ਠੋਕਰਾ ਖਾਂਦਾ ਫਿਰਦਾ ਹੈ, ਵਾਹ ਜੀ ਵਾਹ, ਤੇ ਮੈਨੂੰ ਉੱਥੇ ਲੈ ਕੇ ਚੱਲ। ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਸੱਚੇ ਪਾਤਸ਼ਾਹ, ਤੀਜੇ ਪਾਤਸ਼ਾਹ। ਹੈਡ ਗ੍ਰੰਥੀ ਧਰਮਵੀਰ ਸਿੰਘ ਜੀ, ਤੁਸੀਂ ਮਤਲਬ ਇਹ ਗੱਲ ਹਾਲੇ ਤਾਂ ਸ਼ੁਰੂਆਤ ਹੀ ਹੋਈ ਹੈ, ਕਿੰਨੀ ਆਪਾਂ ਇਹ ਲੰਬੇ ਸਮੇਂ ਲਈ ਗੱਲ ਕਰ ਸਕਦੇ, ਸਾਨੂੰ ਇੱਥੇ ਇੱਕ ਛੋਟੇ ਜਿਹੇ ਵਕਫੇ ਲਈ ਬ੍ਰੇਕ ਲੈਣੀ ਪੈ ਰਹੀ ਹੈ, ਕਿੱਥੇ ਨਾ ਜਾਓ। ਵਿਊਅਰਸ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਬਾਣੀ ਦੀ ਗੱਲ ਹੋ ਰਹੀ ਹੈ ਅਤੇ ਗੱਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਮੁੜ ਹਾਜ਼ਰ ਹੋਏ ਹਾਂ ਧੰਨ ਧੰਨ ਗੁਰੂ ਅਮਰਦਾਸ ਤੀਜੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ
थोड़ी जी विचारधारा हो रही है तो साढ़े नाल इस प्रोग्राम दे विच जुड़े हैं हेड ग्रंथी 118 गुरुद्वारा सिख कल्चर सोसाइटी। तो एक बारी फिर धर्मवीर सिंह जी थोड़ा प्रोग्राम दे विच स्वागत। तुसी इस जो एक परिवार दा मतलब रोल रहा है साढ़े गुरुआ दी लैगसी दे विच उहदे बारे दस रहे सी, बट जिथे सच्चे पातशाह गुरु अमरदास जी की गल आती है उन्हों की जो देन रही है इस कौम लई साढ़े सिक्खी पंथ लई उहदे बारे मैं थोड़ा जिहा हुण पुछना चाहती हाँ। तुसी शुरुआत बारे सानू दस्या किस तरह उन्होंने अमरों तो अमर होन दे तुसी कह लो रात वो तुर पे ते फिर अगे किस तरह उना दी जदो उना दी गुरगद्दी सीगी खास करके जो उस टाइम दे मतलब तुसी रूलर कह लो अकबर सीगे उना दे नाल किस तरह उना दा मतलब रिश्ता रहा ते इतिहासिक तौर ते की कुछ वापरिया। ਤੁਸੀਂ ਇੱਕ ਬੜੀ ਸੋਹਣੀ ਬੜਾ ਵਧੀਆ ਕੁਐਸਚਨ ਹੈ ਇਹ ਮੌਕੇ ਦੇ ਹਾਕਮ ਜਿਹੜੇ ਸੀ ਬਾਦਸ਼ਾਹ ਅਕਬਰ ਸੀਗਾ ਇਹਦੇ ਵਿੱਚ ਇੱਕ ਗੱਲ ਮੈਂ ਉਹ ਜ਼ਰੂਰ ਦੱਸਣੀ ਚਾਹੁੰਦਾ ਸੀ ਕਿ ਜਿਹੜੇ ਅੱਜ ਦੀਆਂ ਰਿਸ਼ਤੇਦਾਰੀਆਂ ਨੇ ਜਿਹੜੀ ਹੁਣ ਆਮ ਤੌਰ ਦੇ ਉੱਤੇ ਸਾਡੇ ਸਮਾਜ ਵਿੱਚ ਅੱਗੇ ਬਹੁਤ ਜ਼ਿਆਦਾ ਵਖਰੇਵਾਂ ਸੀ ਇਹ ਥੋੜ੍ਹਾ ਜਿਹਾ ਹੁਣ ਫਰਕ ਪੈ ਰਿਹਾ ਦਿਨੋਂ ਦਿਨ ਕੁਛ ਪਹਿਲਾਂ ਨਾਲੋਂ ਸਾਡਾ ਜਿਹੜਾ ਥੋੜ੍ਹਾ ਜਿਹਾ ਸੁਧਾਰ ਹੋਇਆ ਇਹ ਜਿਹੜੇ ਲੜਕੀ ਵਾਲੇ ਨੇ ਜੇ ਕਿਸੇ ਦੀ ਲੜਕੀ ਦੂਜੇ ਦੇ ਘਰ ਵਿਆਹੀ ਹੈ ਤੇ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਸੀ ਵੀ ਸ਼ਾਇਦ ਜਿਹੜੇ ਲੜਕੀ ਵਾਲੇ ਨੇ ਉਹ ਛੋਟੇ ਨੇ ਤੇ ਲੜਕੇ ਜਿਹੜੇ ਉਹ ਜ਼ਿਆਦਾ ਮਹਾਨ ਉੱਚੇ ਨੇ ਉਹ ਜੇ ਕਿਸੇ ਦੀ ਧੀ ਦੂਜੇ ਦੇ ਘਰ ਵਿਆਹੀ। ਬਾਬਾ ਅਮਰਦਾਸ ਹੋਰਾਂ ਦਾ ਲੜਕਾ ਆ ਤੇ ਗੁਰੂ ਅੰਗਦ ਦੇਵ ਦੀ ਬੇਟੀ ਉਹਨਾਂ ਦੇ ਘਰ ਵਿਆਹੀ ਹੋਈ ਪਰ ਭਾਂਡੇ ਕੌਣ ਮਾਂਜ ਰਿਹਾ ਉੱਥੇ ਜਾ ਕੇ। ਅੱਜ ਮਤਲਬ ਗੁਰੂ ਅਮਰਦਾਸ ਸਾਹਿਬ ਦੀਆਂ ਕਿੰਨੀਆਂ ਬਾਤਾਂ ਆਪਾਂ ਸਾਂਝੀਆਂ ਕਰ ਸਕਦੇ ਆਪਾਂ ਇੱਕ ਘੰਟੇ ਚ ਕਿੰਨਾ ਕੁਛ ਆਪਾਂ ਵਰਣਨ ਕਰ ਲਵਾਂਗੇ। ਸਭ ਤੋਂ ਪਹਿਲਾਂ ਜਦੋਂ ਗੁਰੂ ਅੰਗਦ ਦੇਵ ਸਾਹਿਬ ਦੇ ਕੋਲ ਗਏ ਤੇ ਉਹਨਾਂ ਨੇ ਹੱਥ ਜੋੜ ਕੇ ਆਖਿਆ ਕਹਿੰਦੇ ਜੀ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਮੈਂ ਸੇਵਕ ਬਣ ਕੇ ਆਇਆ। ਇਹ ਨਾ ਸਮਝੋ ਤੁਹਾਡੀ ਕੁੜੀ ਸਾਡੇ ਘਰ ਵਿਆਹੀ ਹੋਈ ਆ ਸਾਡੀ ਨੂੰਹ ਅੱਜ ਮੈਂ ਕੁੜਮ ਬਣ ਕੇ ਨਹੀਂ ਸੇਵਾਦਾਰ ਬਣ ਕੇ ਆਇਆ ਤੇ ਗੁਰੂ ਅੰਗਦ ਦੇਵ ਨੇ ਕਿਹਾ ਸੀ ਅਮਰਦਾਸ ਜੇ ਕੁੜਮ ਨਹੀਂ ਬਣ ਕੇ ਉਮਰ 'ਚ ਵੀ ਵੱਡੇ ਆ ਨਾਲ 25 ਸਾਲ ਇਹ ਵੀ ਯਾਦ ਰੱਖਣਾ ਤੇ ਉਹ ਕਹਿੰਦੇ ਵੀ ਫਿਰ ਗੁਰੂ ਅੰਗਦ ਦੇਵ ਨੇ ਆਖਿਆ ਸੀਗਾ ਕਿ ਅਮਰਦਾਸ ਜੀ ਜੇ ਕੁੜਮ ਬਣ ਕੇ ਨਹੀਂ ਸੇਵਾਦਾਰ ਬਣ ਕੇ ਆਏ ਹੋ ਤਾਂ ਫਿਰ ਅੱਜ ਸਭ ਤੋਂ ਪਹਿਲੀ ਸੇਵਾ ਤੁਹਾਡੀ ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ ਆ ਤੁਸੀਂ ਅੱਜ। ਇਹ ਸੇਵਾ ਸਭ ਤੋਂ ਪਹਿਲਾਂ ਬਾਬੇ ਅਮਰਦਾਸ ਨੂੰ ਲਾਈ ਫਿਰ ਉਹਨਾਂ ਨੇ ਸੇਵਾ ਤੇ ਹੋਰ ਬਹੁਤ ਕੀਤੀਆਂ ਪਾਣੀ ਦੀ ਗਾਗਰ ਢੋਈ ਔਰ ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਮਿਲੀ ਹੈ 74 ਸਾਲ ਦੀ ਉਮਰ ਦੇ ਵਿੱਚ ਸੰਨ 1552 ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਆ ਤਾਂ ਉਸ ਵਕਤ ਬਾਬਾ ਅਮਰਦਾਸ ਜੀ ਨੇ ਜਿਹੜੇ ਪਰਉਪਕਾਰ ਸਾਡੇ ਤੇ ਜਿਹੜੇ ਬਖਸ਼ਿਸ਼ਾਂ ਕੀਤੀਆਂ ਇੱਕ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਲੰਗਰ ਦੀ ਪ੍ਰਥਾ ਸੀ ਆਪ ਜੀ ਨੇ ਜਿਵੇਂ ਲੰਗਰ ਦੀ ਸੇਵਾ ਦਾ ਪਹਿਲਾਂ ਸੰਗਤਾਂ ਨੂੰ ਦੱਸਿਆ ਉਹਨਾਂ ਨੇ ਇੱਕ ਜਾਤ ਪਾਤ ਛੂਤ ਛਾਤ ਉੱਚੇ ਨੀਵੇਂ ਦਾ ਜਿਹੜਾ ਵਿਤਕਰਾ ਸੀ ਉਹ ਮੁਕਾਉਣ ਵਾਸਤੇ ਸਭ ਤੋਂ ਪਹਿਲਾਂ ਕੰਮ ਗੁਰੂ ਅਮਰਦਾਸ ਸਾਹਿਬ ਨੇ ਇਹ ਕੀਤਾ ਕਿ ਜਿਹੜੇ ਵੀ ਇਨਸਾਨ ਨੇ ਸਾਡਾ ਦਰਸ਼ਨ ਕਰਨਾ ਆ ਸਭ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਉਹ ਪ੍ਰਸ਼ਾਦਾ ਛਕੇਗਾ ਉਹਦੇ ਤੋਂ ਬਾਅਦ ਵਿੱਚ ਸਾਡਾ ਦਰਸ਼ਨ ਹੋਏਗਾ। ਇਹਨੂੰ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਸ ਤਰ੍ਹਾਂ ਹਿਸਟਰੀ ਦੇ ਵਿੱਚ ਲਿਖਿਆ ਕਿ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਪਹਿਲੇ ਪੰਗਤ ਪਾਛੈ ਸੰਗਤ ਪਹਿਲਾਂ ਪੰਗਤ ਤੇ ਫੇਰ ਸੰਗਤ ਮਤਲਬ ਜੇ ਤੁਸੀਂ ਹੁਣ ਪੰਗਤ ਚ ਬੈਠ ਜਿਵੇਂ ਹੁਣ ਆਪਾਂ ਲੰਗਰ ਚ ਬੈਠਦੇ ਹਾਂ ਗੁਰਦੁਆਰਾ ਸਾਹਿਬ ਆਉਣਾ ਤੇ ਜਦੋਂ ਆਪਾਂ ਪੰਗਤ ਚ ਬੈਠਾਂਗੇ ਉੱਥੇ ਥੋੜੀ ਵੀ ਆ ਅਮੀਰ ਬੈਠਾ ਗਰੀਬ ਬੈਠਾ ਆ ਉੱਚੀ ਜਾਤ ਵਾਲਾ ਬੈਠਾ ਨੀਵੀਂ ਜਾਤ ਵਾਲਾ ਬੈਠਾ ਆ ਖੱਤਰੀ ਆ ਬ੍ਰਾਹਮਣ ਆ ਵੈਸ਼ ਆ ਸ਼ੂਦਰ ਇਹ ਸਾਰਾ ਕੰਮ ਹੀ ਖਤਮ ਕਰ ਦਿੱਤਾ ਉਹਨਾਂ ਨੇ ਕਿ ਇਹ ਪ੍ਰਥਾ ਹੀ ਖਤਮ ਕਰ ਦੇਣੀ ਉੱਚੀ ਨੀਵੇਂ ਦੀ ਛੋਟੇ ਵੱਡੇ ਦਾ ਵਿਤਕਰਾ ਜਿਹੜਾ ਜਿਹੜਾ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕੇਗਾ ਉਹ ਸਾਡਾ ਦਰਸ਼ਨ ਕਰੇਗਾ ਦੂਜੇ ਨੂੰ ਦਰਸ਼ਨ ਹੋ ਹੀ ਨਹੀਂ ਸਕਦਾ। ਹੁਣ ਰੱਬ ਦਾ ਭਾਣਾ ਐਸਾ ਵਰਤਿਆ ਕਿ ਜਿਹੜਾ ਅਕਬਰ ਬਾਦਸ਼ਾਹ ਸੀ ਉਸ ਵਕਤ ਦਾ ਇਹ ਲਾਹੌਰ ਤੋਂ ਦਿੱਲੀ ਦਿੱਲੀ ਤੋਂ ਲਾਹੌਰ ਆਮ ਇਹਨਾਂ ਲੋਕਾਂ ਦਾ ਆਉਣਾ ਜਾਣਾ ਸੀ ਬਾਦਸ਼ਾਹ ਲੋਕਾਂ ਦਾ ਦਿੱਲੀ ਰਾਜਧਾਨੀ ਸੀ ਲਾਹੌਰ ਇੱਕ ਮੇਨ ਸ਼ਹਿਰ ਸੀਗਾ ਉਸ ਵਕਤ ਦਾ ਬਾਦਸ਼ਾਹਾਂ ਵਾਸਤੇ। ਅੱਜ ਜਿਹੜਾ ਪੰਜਾਬ ਦੇ ਵਿੱਚ ਹਾਈਵੇ ਹੈ ਨਾ ਜਿਸ ਤੋਂ ਆਪਾਂ ਅੱਜ ਗੱਡੀਆਂ ਕਾਰਾਂ ਬੱਸਾਂ ਲੈ ਕੇ ਜਾਂਦੇ ਇਹ ਹਾਈਵੇ ਉਸ ਵੇਲੇ ਨਹੀਂ ਸੀਗਾ ਹੁੰਦਾ ਹੈ ਜੀ। ਜਿਹੜਾ ਲਾਹੌਰ ਤੋਂ ਦਿੱਲੀ ਵੱਲ ਜਾਣ ਦਾ ਰਸਤਾ ਹੁੰਦਾ ਸੀਗਾ ਤੇ ਜਦੋਂ ਆਪਾਂ ਬਿਆਸਾ ਦਰਿਆ ਪਾਰ ਕਰਦੇ ਸੀ ਅੱਜ ਕੱਲ੍ਹ ਆਪਾਂ ਬਿਆਸਾ ਦਰਿਆ ਬਿਆਸ ਤੋਂ ਪਾਰ ਕਰਦੇ ਰਹੀਆ ਜੰਡਿਆਲਾ ਜਲੰਧਰ ਨੂੰ ਜਾਂਦੇ ਹਾਂ ਜੀ।
ਉਸ ਵੇਲੇ ਪੱਤਣ ਹੁੰਦਾ ਸੀ, ਬੇੜੀਆਂ ਵਿੱਚ ਬੈਠ ਕੇ ਦਰਿਆ ਪਾਰ ਕੀਤਾ ਜਾਂਦਾ ਸੀ ਔਰ ਉਹਨੂੰ ਪੱਤਣ ਕਹਿੰਦੇ ਸੀ ਵੀ ਇੱਥੋਂ ਦਰਿਆ ਪਾਰ ਕਰਨਾ। ਤੇ ਜੀ ਉਸ ਵਕਤ ਜਿਹੜਾ ਬਿਆਸਾ ਦਰਿਆ ਦਾ ਪੱਤਣ ਸੀ ਇਹ ਗੋਇੰਦਵਾਲ ਸਾਹਿਬ ਹੁੰਦਾ ਸੀ। ਹਾਂਜੀ ਜੀ ਇੱਥੋਂ ਦਿੱਲੀ ਤੋਂ ਆਉਣਾ ਗੋਇੰਦਵਾਲ ਸਾਹਿਬ ਨੂੰ, ਗੋਇੰਦਵਾਲ ਸਾਹਿਬ ਤੋਂ ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ ਤੋਂ ਫਿਰ ਅੰਮ੍ਰਿਤਸਰ ਸਾਹਿਬ ਵੱਲ ਨੂੰ, ਇਸ ਤਰ੍ਹਾਂ ਰੋਡ ਜੀ ਜਿਹੜਾ ਕੱਚੇ ਰਸਤੇ ਹੁੰਦੇ ਸੀਗੇ ਇਹ ਰਸਤੇ ਜੀ ਜਾਂਦੇ ਸੀ ਉਸ ਜੀ ਵਕਤ। ਹੁਣ ਅਕਬਰ ਦਾ ਆਉਣਾ ਜਾਣਾ ਇਧਰਲੇ ਪਾਸੇ ਨੂੰ ਬਣਿਆ ਸੀ, ਇਹ ਲੰਮੀ ਹਿਸਟਰੀ ਬਣ ਜਾਣੀ, ਉਧਰਲੇ ਪਾਸੇ ਨਹੀਂ ਮੈਂ ਜਾਣਾ, ਕੇਵਲ ਜੀ ਸੰਖੇਪ ਦੇ ਵਿੱਚ ਮੈਂ ਬੇਨਤੀ ਕਰ ਰਿਹਾ ਕਿ ਅਕਬਰ ਬਾਦਸ਼ਾਹ ਇੱਕ ਵਾਰੀ ਇਹਦਾ ਇੱਕ ਇਹ ਵੀ ਹਿਸਟਰੀ ਹੈ ਵੀ ਅਕਬਰ ਆਇਆ ਕਿਵੇਂ ਮਹਾਰਾਜ ਦੇ ਕੋਲ। ਹਾਂਜੀ ਹਾਂਜੀ ਅਕਬਰ ਬੜੀ ਨਿਮਰਤਾ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਹਨੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਵਡਿਆਈ, ਜਿਨ੍ਹਾਂ ਨੂੰ ਅੱਜ ਆਪਾਂ ਗੁਰੂ ਰਾਮਦਾਸ ਕਹਿੰਦੇ ਹਾਂ, ਇਹਨਾਂ ਦਾ ਨਾਂ ਭਾਈ ਜੇਠਾ ਸੀ, ਇਹਨਾਂ ਦੇ ਮੂੰਹੋਂ ਸੁਣੀ ਉਹਨਾਂ ਨੇ ਵਡਿਆਈ ਲਾਹੌਰ ਤੇ, ਉਹ ਗੋਇੰਦਵਾਲ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਗੁਰੂ ਅਮਰਦਾਸ ਸਾਹਿਬ। ਜੀ ਹੁਣ ਜਦੋਂ ਆਇਆ ਬਾਦਸ਼ਾਹ, ਹੁਣ ਉਹ ਉਸ ਵੇਲੇ ਦਾ ਆਪਣੇ ਆਪ ਨੂੰ ਸ਼ਹਿਨਸ਼ਾਹ, ਬਾਦਸ਼ਾਹ, ਪਾਤਸ਼ਾਹ ਇਦਾਂ ਦੇ ਲਫ਼ਜ਼ ਉਹਨਾਂ ਨਾਲ ਵਰਤੇ ਜਾਂਦੇ ਸੀ, ਏਡੇ ਵੱਡੇ ਦੇਸ਼ ਦਾ ਜੀ ਡਿਕਟੇਟਰ ਸੀ ਇੱਕੋ, ਜੀ ਕਿਉਂਕਿ ਉਦੋਂ ਡਿਕਟੇਟਰਸ਼ਿਪ ਸੀ। ਬਿਲਕੁਲ ਉਸ ਵੇਲੇ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਸਿੱਖਾਂ ਨੇ, ਸੰਗਤਾਂ ਨੇ ਆਣ ਕੇ ਬੇਨਤੀ ਕੀਤੀ, ਕਹਿੰਦੇ ਵੀ ਮਹਾਰਾਜ ਇਹ ਤੇ ਭਾਰਤ ਦੇਸ਼ ਦਾ ਜਿਹੜਾ ਬਾਦਸ਼ਾਹ ਅਕਬਰ ਆ ਵੀ ਉਹ ਤੁਹਾਡਾ ਦਰਸ਼ਨ ਕਰਨ ਵਾਸਤੇ ਆਇਆ ਤੇ ਕੀ ਹੁਕਮ ਆ? ਗੁਰੂ ਅਮਰਦਾਸ ਕਹਿੰਦੇ ਇਹ ਨਹੀਂ ਵੀ ਬਾਦਸ਼ਾਹ ਵਾਸਤੇ ਕੋਈ ਅਸੂਲ ਹੋਰ ਆ ਤੇ ਬਾਕੀ ਸੰਗਤਾਂ ਵਾਸਤੇ ਕੋਈ ਅਸੂਲ ਜੀ ਹੋਰ ਆ, ਜੀ ਇਹ ਨਹੀਂ ਹੋਣਾ। ਅੱਜ ਇਹ ਵੀ ਅੱਜ ਸਾਨੂੰ ਲੋੜ ਆ ਵੇਖਣ ਦੀ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਅਸੂਲ ਜਿਹੜਾ ਅਮੀਰ ਗਰੀਬ, ਰਾਜੇ ਗਰੀਬ, ਵਜ਼ੀਰਾਂ ਵਾਸਤੇ ਸਭ ਲਈ ਇੱਕੋ ਜਿਹਾ, ਇਹ ਨਹੀਂ ਵੀ ਕਿਸੇ ਬੰਦੇ ਨੇ ਆਉਣਾ ਤੇ ਹੁਣ ਕਿਸੇ ਲੀਡਰ ਨੇ ਆਉਣਾ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਬਾਕੀ ਸਾਰੀਆਂ ਸੰਗਤਾਂ ਨੂੰ ਨੁਕਰੇ ਖੜਾ ਕਰ ਦਈਏ ਆਪਾਂ, ਇਹ ਫਲਾਣਾ ਲੀਡਰ ਆ ਰਿਹਾ ਤੇ ਆਪਾਂ ਇਹ ਉਹਨੇ ਮੱਥਾ ਟੇਕਣਾ। ਜੀ 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 ਮਤਲਬ ਏਦਾਂ ਵੀ ਸਿੱਖਿਆ ਗੁਰੂ ਸਾਹਿਬ ਨੇ ਇਹ ਵੀ ਦਿੱਤੀ ਵੀ ਇੱਥੇ ਸਾਰੇ ਬਰਾਬਰ ਆ। ਜੀ ਤੇ ਮਹਾਰਾਜ ਨੂੰ ਪੁੱਛਿਆ ਫੇਰ, ਕਹਿੰਦੇ ਜੀ ਅਕਬਰ ਨੂੰ ਕਹੋ ਕਿ ਜੇ ਉਹਨੇ ਸਾਨੂੰ ਮਿਲਣਾ, ਸਾਡਾ ਦਰਸ਼ਨ ਕਰਨਾ, ਤਾਂ ਉਹਨੂੰ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ ਪਊ। ਬਿਲਕੁਲ ਭਾਵੇਂ ਇੱਕ ਰੋਟੀ ਖਾਵੇ, ਜਿਹਨੂੰ ਪ੍ਰਸ਼ਾਦਾ ਆਪਾਂ ਕਹਿੰਦੇ ਹਾਂ, ਇੱਕ ਪ੍ਰਸ਼ਾਦਾ ਛਕੇ, ਅੱਧਾ ਛਕੇ, ਦੋ ਬੁਰਕੀਆਂ ਖਾਵੇ, ਉਹਦੇ ਅਹਿਲਕਾਰ ਵਜ਼ੀਰ ਨਾਲ ਆ ਉਹਦੇ, ਮਤਲਬ ਮੀਨਿੰਗ ਉਹਨੂੰ ਪੰਗਤ ਵਿੱਚ ਬੈਠਣਾ ਹੀ ਪਊਗਾ। ਪਹਿਲਾਂ ਹਉਮੈ ਮੁਕਾਵੇ, ਆਪਣਾ ਹੰਕਾਰ ਜਾਤ ਪਾਤ ਉੱਚੇ ਨੀਵੇਂ ਦਾ ਵਿਤਕਰਾ, ਉਹਦੇ ਤੋਂ ਬਾਅਦ ਸਾਡਾ ਦਰਸ਼ਨ ਹੋਊਗਾ। ਔਰ ਕਮਾਲ ਦੀ ਗੱਲ ਇਹ ਰਹੀ ਕਿ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ ਉਹਨੇ, ਔਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਕਹਿੰਦਾ ਜੀ ਜੋ ਵੀ ਗੁਰੂ ਅਮਰਦਾਸ ਦਾ ਅਸੂਲ ਹੈ ਉਹ ਮੈਂ ਮੰਨਾਂਗਾ, ਪਰ ਮੈਂ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ, ਮੈਂ ਗੁਰੂ ਸਾਹਿਬ ਦਾ ਦਰਸ਼ਨ ਕਰਨਾ। ਫਿਰ ਉਹਨੇ ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਮਿਲਿਆ, ਨਮਸਕਾਰ ਕੀਤੀ, ਮੱਥਾ ਟੇਕਿਆ, ਉਹਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਆਖਿਆ ਸੀ, ਕਹਿੰਦਾ ਜੀ ਮੈਂ ਭਾਵੇਂ ਬਾਦਸ਼ਾਹ ਹਾਂ, ਮੇਰੇ ਰਸੋਈਏ, ਮੇਰਾ ਲੰਗਰ ਤਿਆਰ ਕਰਨ ਵਾਲੇ, ਲਾਂਗਰੀ ਰੋਟੀ ਬਣਾਉਣ ਵਾਲੇ, ਅੱਜ ਕੱਲ੍ਹ ਆਪਾਂ ਕੁੱਕ ਕਹਿ ਦਿੰਦੇ ਹਾਂ ਬਾਦਸ਼ਾਹ ਰਾਜੇ ਇਹਨਾਂ ਲੀਡਰ ਲੋਕਾਂ ਦੇ ਜਿਹੜੇ, ਉਹ ਕਹਿੰਦਾ ਮੇਰੇ ਕੋਲ ਕੁੱਕ, ਲਾਂਗਰੀ, ਦੂਜੇ ਤੀਜੇ ਬਹੁਤ ਤਰ੍ਹਾਂ ਦੇ ਹੋ ਸਕਦੇ ਆ, ਪਰ ਜੋ ਆਨੰਦ ਤੇ ਜੋ ਰਸ ਅੱਜ ਤੁਹਾਡੇ ਲੰਗਰਾਂ ਵਿੱਚ ਆਣ ਕੇ ਤੇ ਮੈਨੂੰ ਪ੍ਰਸ਼ਾਦਾ ਛਕ ਕੇ ਮਿਲਿਆ, ਉਹ ਕਿਤਿਓਂ ਨਹੀਂ ਮਿਲਿਆ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਅਕਬਰ ਇੱਥੇ ਬਾਣੀ ਪੜ੍ਹੀ ਜਾਂਦੀ, ਇੱਥੇ ਨਾਮ ਜਪਿਆ ਜਾਂਦਾ, ਇੱਥੇ ਸਿਮਰਨ ਹੁੰਦਾ, ਇੱਥੇ ਬੰਦਗੀ ਦਾ ਪ੍ਰਕਾਰ, ਇਹ ਭੋਜਨ ਜਿਹੜਾ ਤੈਨੂੰ ਸਵਾਦ ਲੱਗਾ ਲੰਗਰ, ਇਹ ਗੁਰਬਾਣੀ ਦੇ ਸ਼ਬਦ ਨਾਲ ਤਿਆਰ ਹੋਇਆ ਹੈ, ਬਾਣੀ ਪੜ੍ਹਦੇ ਤਿਆਰ ਕੀਤਾ ਗਿਆ। ਜੀ ਜੀ ਫਿਰ ਅਕਬਰ ਬਾਦਸ਼ਾਹ ਕਈ ਵਾਰੀ ਗੁਰੂ ਅਮਰਦਾਸ ਸਾਹਿਬ ਦਾ ਦਰਸ਼ਨ ਕਰਨ ਵਾਸਤੇ ਆਉਂਦਾ ਰਿਹਾ। ਤੇ ਇੱਕ ਬੜੀ ਜ਼ਰੂਰੀ ਬਾਤ ਇੱਥੇ ਅਕਬਰ ਬਾਦਸ਼ਾਹ ਬਾਰੇ ਸਾਂਝੀ ਕਰਨ ਵਾਲੀ ਆ, ਜੀ ਜਿਹੜਾ ਅੰਮ੍ਰਿਤਸਰ ਨਗਰ ਆ, ਜੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਭਾਵੇਂ ਗੁਰੂ ਰਾਮਦਾਸ ਮਹਾਰਾਜ ਨੇ, ਜੀ ਪਰ ਇਸ ਜਗ੍ਹਾ ਦੀ ਚੋਣ ਜਿਹੜੀ ਹੈ ਵੀ ਇੱਥੇ ਇਹ ਨਗਰ ਵਸਾਉਣਾ ਆ, ਇਹ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ, ਤੀਜੇ ਪਾਤਸ਼ਾਹ ਨੇ। ਜੀ ਔਰ ਅਕਬਰ ਬਾਦਸ਼ਾਹ ਨੇ ਕਿਹਾ ਸੀ ਵੀ ਮਹਾਰਾਜ ਮੈਂ ਤੁਹਾਨੂੰ ਕੋਈ ਨਾ ਕੋਈ ਜ਼ਮੀਨ ਦੇਣੀ ਚਾਹੁੰਦਾ, ਤੁਹਾਡੇ ਗੁਰੂ ਨਾਨਕ ਦੇ ਘਰ ਦੇ ਨਾਂ ਲਵਾਉਣਾ ਚਾਹੁੰਦਾ ਮੈਂ ਕੋਈ ਜ਼ਮੀਨ, ਜੀ ਬੇਸ਼ੱਕ ਤੁਸੀਂ ਉੱਥੇ ਕੋਈ ਨਗਰ ਵਸਾਓ, ਭਾਵੇਂ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ, ਕੁਛ ਵੀ ਹੋਵੇ, ਮੈਂ ਚਾਹੁੰਦਾ ਉੱਥੇ ਕੋਈ ਨਗਰ ਵਸੇ ਤੇ ਗੁਰੂ ਨਾਨਕ ਦੇ ਘਰ ਦੀ ਮਹਿਮਾ ਹੋਰ ਵਧਣੀ ਚਾਹੀਦੀ, ਜੀ ਤੇ ਮੈਂ ਚਾਹੁੰਦਾ ਹਾਂ ਵੀ ਮੈਂ ਕੋਈ ਸਰਕਾਰੀ ਜ਼ਮੀਨ, ਜਿਵੇਂ ਬਾਦਸ਼ਾਹ ਲੋਕ ਹੈ ਉਹ ਮਾਲਕ ਹੈ ਦੇਸ਼ ਦਾ, ਜਿੱਦਾਂ ਅਹੁਦਾ ਹੁੰਦਾ ਉਹਨਾਂ ਕੋਲ, ਤੇ ਮੈਂ ਤੁਹਾਨੂੰ ਕੋਈ ਜ਼ਮੀਨ ਦੇਣੀ ਚਾਹੁੰਦਾ। ਗੁਰੂ ਅਮਰਦਾਸ ਸਾਹਿਬ ਨੇ ਇੱਕ ਗੱਲ ਆਖੀ, ਕਹਿੰਦੇ ਬਾਦਸ਼ਾਹ ਤੂੰ ਕਹਿ ਦਿੱਤਾ ਤੇ ਸਾਨੂੰ ਜ਼ਮੀਨ ਮਿਲ ਗਈ, ਪਰ ਕਿਸੇ ਬਾਦਸ਼ਾਹ ਕੋਲੋਂ ਗੁਰੂ ਨਾਨਕ ਦੇ ਘਰ ਵਾਸਤੇ ਅਸੀਂ ਕੋਈ ਦਾਨ ਜਿਹੜਾ
ਉਹ ਨਹੀਂ ਲੈਣਾ। ਨਗਰ ਤਾਂ ਅਸੀਂ ਜਿਹੜਾ ਅੰਮ੍ਰਿਤਸਰ ਸਾਹਿਬ ਨਗਰ ਹੈ, ਕਹਿੰਦੇ ਨਗਰ ਤਾਂ ਅਸੀਂ ਵਸਾਵਾਂਗੇ, ਹਾਂਜੀ ਪਰ ਜਿਨ੍ਹਾਂ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਕੋਲ, ਕਿਸਾਨਾਂ ਦੇ ਕੋਲ ਜ਼ਮੀਨ ਆ, ਉਹਨਾਂ ਦੀ ਕੀਮਤ ਦੇ ਮੁਤਾਬਕ ਉਹਨਾਂ ਨੂੰ ਪੈਸੇ ਦੇਵਾਂਗੇ ਅਸੀਂ। ਵਾਹ ਇਹ ਅੱਜ ਕਿਸਾਨਾਂ ਦੀ ਗੱਲ ਜਿਹੜੀ ਹੈ, ਅੱਜ ਉਹਦੇ ਨਾਲ ਜੋੜ ਕੇ ਵੇਖੋ ਤੁਸੀਂ ਅੱਜ। ਜੀ ਬਿਲਕੁਲ, ਸਾਡੇ ਤਾਂ ਮਤਲਬ ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਇਹ ਕਿਸਾਨੀ ਦੀ ਲਹਿਰ ਚੱਲਦੀ ਆ ਰਹੀ ਹੈ। ਅਤੇ ਆਫਕੋਰਸ ਧਰਮਵੀਰ ਸਿੰਘ ਜੀ, ਇਹ ਜੋ ਅਕਬਰ ਦੇ ਨਾਲ ਜਿਸ ਤਰ੍ਹਾਂ ਅਕਬਰ ਪ੍ਰਭਾਵਿਤ ਹੋਇਆ ਸੀ ਤੀਜੇ ਪਾਤਸ਼ਾਹ ਦੇ, ਤੁਸੀਂ ਕਹਿ ਲਓ ਚਰਨਾਂ ਦੇ ਵਿੱਚ ਨਤਮਸਤਕ ਹੋਇਆ, ਉਸ ਰਿਲੇਸ਼ਨਸ਼ਿਪ ਕਰਕੇ ਇੱਕ ਬਹੁਤ ਵੱਡਾ ਚੇਂਜ ਆਇਆ ਇਸਤਰੀਆਂ ਲਈ, ਜਨਾਨੀਆਂ ਲਈ ਉਸ ਟਾਈਮ, ਉਹਦੇ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਇਹ ਵੀ ਤੀਜੇ ਪਾਤਸ਼ਾਹ ਦੀ ਬਹੁਤ ਵੱਡੀ ਦੇਣ ਰਹੀ ਹੈ, ਨਾ ਕਿ ਸਿਰਫ ਸਾਡੀ ਕੌਮ ਲਈ ਬਟ ਮੈਂ ਕਹਾਂਗੀ ਪੂਰੇ ਭਾਰਤ ਦੀ ਹਰ ਇੱਕ ਜਨਾਨੀ ਲਈ। ਇਹਦੇ ਬਾਰੇ ਗੱਲ ਕਰਦੇ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਪੈ ਰਿਹਾ। ਧਰਮਵੀਰ ਸਿੰਘ ਜੀ ਸਾਡੇ ਨਾਲ ਜੁੜੇ ਹਨ, ਤੁਸੀਂ ਵੀ ਇਸ ਪ੍ਰੋਗਰਾਮ ਨੂੰ ਮੈਨੂੰ ਪਤਾ ਬਹੁਤ ਇੰਜੋਏ ਕਰ ਰਹੇ ਹੋਣੇ ਹੋ, ਤਾਂ ਇਸ ਤਰ੍ਹਾਂ ਜੁੜੇ ਰਹੋ, ਗੱਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਅਤੇ ਹੈੱਡ ਗ੍ਰੰਥੀ ਸਿੱਖ ਕਲਚਰਲ ਸੁਸਾਇਟੀ ਗੁਰਦੁਆਰੇ 118 ਤੋਂ ਸਾਡੇ ਨਾਲ ਜੁੜੇ ਹਨ ਧਰਮਵੀਰ ਸਿੰਘ ਜੀ ਇੱਕ ਵਾਰੀ ਫਿਰ। ਧਰਮਵੀਰ ਸਿੰਘ ਜੀ, ਤੁਹਾਡੀ ਕਥਾ ਸੁਣ ਕੇ, ਤੁਹਾਡੇ ਵਿਚਾਰ ਇਸ ਇਤਿਹਾਸ ਬਾਰੇ ਸੁਣ ਕੇ ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸ ਰਹੇ ਹੋ, ਮੈਨੂੰ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਤੁਸੀਂ ਪਹਿਲੇ ਵੀ ਕਿਹਾ ਸੀ ਕਿ ਇਹ ਜੋ ਅੱਜ ਸਾਡੀ ਗੱਲ ਚੱਲ ਰਹੀ ਹੈ, ਕਿਸੇ ਇੱਕ ਪ੍ਰੋਗਰਾਮ ਦੇ ਵਿੱਚ ਤਾਂ ਕਿੱਥੇ, ਮੈਨੂੰ ਲੱਗਦਾ ਪੂਰੀ ਤੁਸੀਂ ਸੀਰੀਜ਼ ਹੀ ਬਣਾ ਲਓ ਤਦ ਵੀ ਇਹ ਮੁੱਕ ਨਹੀਂ ਸਕਦੀ। ਬਟ ਫਿਰ ਵੀ ਮੈਂ ਕੁਛ ਜੋ ਮਤਲਬ ਵੱਡੀ ਵੱਡੀ ਚੀਜ਼ਾਂ ਹੈਗੀਆਂ ਉਹ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਜਿੱਥੇ ਤੁਸੀਂ ਸਾਨੂੰ ਜੋ ਉਸ ਵੇਲੇ ਦੇ ਪਾਤਸ਼ਾਹ ਸੀਗੇ, ਅਕਬਰ ਰਾਜਾ ਸੀਗੇ, ਉਹਨਾਂ ਦੀ ਹਕੂਮਤ ਸੀਗੀ, ਉਹਦੇ ਬਾਰੇ ਦੱਸ ਰਹੇ ਸੀ ਕਿਸ ਤਰ੍ਹਾਂ ਉਹ ਪ੍ਰਭਾਵਿਤ ਹੋਏ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਾਲ, ਅਤੇ ਕੀ ਕੁਛ ਉਹਨਾਂ ਦੇ ਕਰਕੇ, ਉਸ ਰਿਸ਼ਤੇ ਕਰਕੇ ਬਦਲਾਵ ਆਇਆ, ਨਾ ਕਿ ਉਸ ਟਾਈਮ ਬਟ ਹਲੇ ਵੀ ਉਹ ਚੀਜ਼ ਸਾਡੇ ਤੀਜੇ ਪਾਤਸ਼ਾਹ ਦੀ ਦੇਣ ਹੈ, ਖਾਸ ਕਰਕੇ ਪੂਰੇ ਭਾਰਤ ਦੀ ਜਦੋਂ ਜਨਾਨੀਆਂ ਦੀ ਗੱਲ ਆਉਂਦੀ ਹੈ। ਯੂ ਨੋ ਇਹ ਚੀਜ਼ ਜੋ ਇਹ ਔਰਤਾਂ ਦੇ ਮਰਦਾਂ ਦੀ ਇਕੁਆਲਿਟੀ ਦੀ ਗੱਲ ਆਉਂਦੀ ਹੈ, ਇਹ ਤੋਂ ਮਤਲਬ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਹੈ, ਬਟ ਤੀਜੇ ਪਾਤਸ਼ਾਹ ਨੇ ਕੀ ਕੁਛ ਕੀਤਾ ਔਰਤਾਂ ਨੂੰ ਹੋਰ ਅੱਗੇ ਵਧਾਉਣ ਲਈ? ਹੁਣ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਸੀਗੀ ਵੀ ਜਿਵੇਂ ਲੰਗਰ ਦੀ ਪ੍ਰਥਾ 'ਚ ਵੀ ਉਹ ਬਰਾਬਰਤਾ ਆ ਗਈ, ਉੱਚੇ ਨੀਵੇਂ ਦਾ ਜਿੱਥੇ ਵਿਤਕਰਾ ਖਤਮ ਹੋਇਆ, ਬਾਦਸ਼ਾਹ ਗਰੀਬ ਦਾ ਵਿਤਕਰਾ ਖਤਮ ਹੋਇਆ, ਉੱਥੇ ਔਰਤ ਮਰਦ ਦਾ ਵੀ ਵਿਤਕਰਾ ਖਤਮ ਹੋ ਗਿਆ। ਜਿਹੜਾ ਗੋਇੰਦਵਾਲ ਸਾਹਿਬ ਨਗਰ ਗੁਰੂ ਅਮਰਦਾਸ ਮਹਾਰਾਜ ਨੇ ਇਹ ਵਸਾਇਆ ਆ, ਇੱਥੇ ਇੱਕ ਬੌਲੀ ਸਾਹਿਬ ਆ, ਹਾਂਜੀ, ਇਹ ਬੌਲੀ ਵੀ ਗੁਰੂ ਅਮਰਦਾਸ ਮਹਾਰਾਜ ਨੇ ਪਟਵਾਈ ਤਾਂ ਕਿ ਇਸਤਰੀਆਂ ਵਾਸਤੇ ਵੱਖਰੀ ਜਗ੍ਹਾ ਬਣੀ ਆ, ਮਰਦਾਂ ਵਾਸਤੇ ਵੱਖਰੀ ਬਣੀ। ਇੱਥੇ ਇਹਦੇ 'ਚ ਇੱਕ ਤਾਂ ਇੱਥੇ ਇਸ਼ਨਾਨ ਕਰਨ, ਇੱਥੋਂ ਜਲ ਛਕਣ, ਔਰ ਸਾਰੇ ਉੱਚੇ ਨੀਵੇਂ ਦਾ ਵਿਤਕਰਾ, ਇਸਤਰੀ ਮਰਦ ਤੇ ਗਰੀਬ ਅਮੀਰ ਦਾ ਵਿਤਕਰਾ, ਇਹ ਵੀ ਖਤਮ ਹੋ ਗਿਆ। ਇਹ ਵੀ ਬੌਲੀ ਸਾਹਿਬ ਦੀ ਵੀ ਸਥਾਪਨਾ ਕੀਤੀ। ਉਹਦੇ ਤੋਂ ਬਾਅਦ ਔਰਤ ਜਾਤੀ, ਔਰਤ ਵਾਸਤੇ ਗੁਰੂ ਅਮਰਦਾਸ ਸਾਹਿਬ ਦੀ ਬੜੀ ਵੱਡੀ ਦੇਣ ਰਹੀ। ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜਾ ਕਿਹਾ ਸੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਜਿਸ ਔਰਤ ਨੇ ਰਾਜਿਆਂ ਮਹਾਰਾਜਿਆਂ ਗੁਰੂਆਂ ਪੀਰਾਂ ਅਵਤਾਰਾਂ ਭਗਤਾਂ ਸੰਤਾਂ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਆ, ਉਸ ਔਰਤ ਨੂੰ ਮਾੜਾ ਕਿਉਂ ਕਿਹਾ ਜਾਏ? ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਮੈਂ ਵੀ ਇੱਕ ਔਰਤ ਤੋਂ ਆਗਮਨ ਲਿਆ ਵਾ, ਮੇਰੀ ਵੀ ਮਾਂ ਆ, ਮੇਰੀ ਮਾਤਾ ਤ੍ਰਿਪਤਾ ਆ, ਸੰਤ ਭਗਤ ਰੱਬ ਦੇ ਪਿਆਰੇ ਸਾਧੂ, ਔਰਤ ਨਾ ਹੁੰਦੀ ਤੇ ਅਸੀਂ ਵੀ ਨਾ ਹੁੰਦੇ। ਜਿਹੜੇ ਮਰਦ ਅੱਜ ਔਰਤ ਦੀ ਨਿੰਦਿਆ ਕਰਦੇ ਆ ਜਾਂ ਔਰਤ ਨੂੰ ਬੁਰਾ ਭਲਾ ਬੋਲਦੇ ਆ, ਗੁਰੂ ਨਾਨਕ ਨੇ ਨਾਰਾ ਦਿੱਤਾ ਕਿ ਅਗਰ ਉਹ ਤੇਰੀ ਮਾਂ ਨਾ ਹੁੰਦੀ ਤੇ ਤੇਰਾ ਜਨਮ ਵੀ ਨਾ ਹੁੰਦਾ, ਤੂੰ ਵੀ ਨਾ ਇਸ ਧਰਤੀ ਤੇ ਆਉਂਦਾ। ਬਿਲਕੁਲ, ਸੋ ਇਸ ਕਰਕੇ ਸਤਿਕਾਰ ਦਿੱਤਾ। ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੋ ਗੁਰੂ ਸਾਹਿਬ ਦੀ ਬਾਣੀ, ਉਹਨਾਂ ਦੇ ਸਲੋਕ ਆ ਤੇ 17 ਰਾਗਾਂ 'ਚ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ 'ਚ, ਉਹਦੇ ਵਿੱਚ ਉਹਨਾਂ ਨੇ ਇਹ ਵੀ ਸਲੋਕ ਉਚਾਰਨ ਕੀਤਾ ਵੀ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਭੀ ਸੋ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਇਹ ਅਕਬਰ ਬਾਦਸ਼ਾਹ ਨਾਲ ਵੀ ਰਿਲੇਟਡ ਹੋ ਗਈ ਗੱਲ, ਤੇ ਔਰਤ ਜਾਤੀ ਨਾਲ ਵੀ ਜ਼ਿਆਦਾ ਹੋ ਗਈ। ਉਸ ਵਕਤ ਭਾਰਤ ਦੇਸ਼ ਦੇ ਵਿੱਚ ਇੱਕ ਕਾਨੂੰਨ ਸੀ ਵੀ ਕਿਸੇ ਔਰਤ ਦਾ ਪਤੀ ਜਦੋਂ ਅਕਾਲ ਚਲਾਣਾ ਕਰ ਜਾਂਦਾ ਸੀ, ਉਹਦੀ ਡੈਥ ਹੋ ਜਾਂਦੀ ਸੀਗੀ, ਤਾਂ ਔਰਤ ਜਿਹੜੀ ਸੀ ਉਹਨੂੰ ਆਪਣੇ ਪਤੀ ਦੇ ਨਾਲ ਚਿਖਾ ਵਿੱਚ ਪੈ ਕੇ ਸੜਨਾ ਪੈਂਦਾ ਸੀ ਜੀ, ਤੇ ਉਹਨੂੰ ਕਹਿੰਦੇ ਸੀ ਵੀ ਇਹ ਸਤੀ ਹੋ ਗਈ ਹੈ ਜੀ।
ਗੁਰੂ ਅਮਰਦਾਸ ਮਾਂ, ਇਹ ਕਾਨੂੰਨ ਸੀਗਾ ਉਸ ਵਕਤ ਦੀ, ਜੀ ਗੁਰੂ ਅਮਰਦਾਸ ਮਹਾਰਾਜ ਅਕਬਰ ਨੂੰ ਇੱਕ ਕੁਐਸਚਨ ਕੀਤਾ ਮਹਾਰਾਜ ਨੇ, ਕਹਿੰਦੇ ਅਕਬਰ ਮੈਨੂੰ ਇੱਕ ਗੱਲ ਦੱਸ। ਉਹ ਕਹਿੰਦੇ ਜੀ ਪੁੱਛੋ। ਕਹਿੰਦੇ ਵੀ ਚਲੋ ਮੰਨ ਲਿਆ ਵੀ ਕੋਈ ਮਰਦ ਕਿਸੇ ਔਰਤ ਦਾ ਪਤੀ ਪਹਿਲਾਂ ਦੁਨੀਆ ਤੋਂ ਚਲਾ ਗਿਆ ਤੇ ਉਹਦੀ ਡੈਥ ਹੋ ਗਈ ਤੇ ਔਰਤ ਨੂੰ ਚਿਖਾ ਚ ਪੈਣਾ ਪੈ ਗਿਆ, ਜੇ ਨਹੀਂ ਸੀ ਪੈਂਦੀ ਔਰਤ ਨੂੰ ਫੜ ਕੇ ਸੁੱਟ ਦਿੰਦੇ ਸੀ। ਅੱਛਾ, ਗੁਰੂ ਅਮਰਦਾਸ ਕਹਿੰਦੇ ਵੀ ਮੈਨੂੰ ਇੱਕ ਗੱਲ ਦੱਸੋ ਵੀ ਜ਼ਰੂਰੀ ਤੇ ਨਹੀਂ ਵੀ ਬੰਦੇ ਨੇ ਹੀ ਪਹਿਲਾਂ ਮਰਨਾ, ਜਨਾਨੀ ਨੂੰ ਵੀ ਤੇ ਪਹਿਲਾਂ ਮੌਤ ਆ ਹੀ ਸਕਦੀ ਆ। ਜੀ ਬਿਲਕੁਲ ਜੇ ਕਿਸੇ ਪਤੀ ਦੀ ਪਤਨੀ ਨੂੰ ਪਹਿਲਾਂ ਮੌਤ ਆ ਗਈ ਤੇ ਜਦੋਂ ਉਸ ਔਰਤ ਦੀ ਚਿਖਾ ਬਲਦੀ ਤੇ ਬੰਦੇ ਨੂੰ ਵੀ ਸੁੱਟੋ ਉਹਦੇ ਚ ਫਿਰ। ਜੀ ਤੇ ਹੁਣ ਇਹ ਤਾਂ ਠੇਠ ਪੰਜਾਬੀ ਦੀ ਗੱਲ ਆ ਨਾ, ਇਹ ਤੇ ਜੀ ਅਨਪੜ੍ਹ ਜੀ ਕੌਣ ਪੜ੍ਹ ਜੀ ਬੰਦੇ ਨੂੰ ਵੀ ਸਮਝ ਆਉਂਦੀ ਨਾ ਗੱਲ ਜੀ ਜੀ ਵੀ ਜੇ ਮਰਦ ਜਿਹੜਾ ਪਤੀ ਆ ਉਹ ਦੁਨੀਆ ਤੋਂ ਚੱਲ ਗਿਆ ਤੇ ਔਰਤ ਨੂੰ ਚਿਖਾ ਚ ਪੈਣਾ ਪੈਂਦਾ, ਤੇ ਜੇ ਔਰਤ ਨੂੰ ਮੌਤ ਪਹਿਲਾਂ ਆ ਗਈ ਤੇ ਬੰਦੇ ਨੂੰ ਕਿਉਂ ਨਹੀਂ ਸੁੱਟਦੇ, ਉਹਦੇ ਪਤੀ ਨੂੰ ਸੁੱਟੋ ਫਿਰ ਫੜ ਕੇ ਵਿੱਚ ਜੀ ਚਿਖਾ ਚ। ਇਹਦਾ ਮਤਲਬ ਅਕਬਰ ਤੇਰੇ ਅਸੂਲ ਤੇਰਾ ਕਾਨੂੰਨ ਔਰਤ ਵਾਸਤੇ ਹੋ ਰਿਹਾ ਤੇ ਮਰਦ ਵਾਸਤੇ ਹੋ ਰਿਹਾ। ਜੀ ਉਹ ਕਹਿੰਦਾ ਜੀ ਇਹ ਤਾਂ ਫਿਰ ਗੱਲ ਠੀਕ ਆ। ਤੇ ਮਹਾਰਾਜ ਮੈਨੂੰ ਹੁਕਮ ਲਾਓ, ਸਤਿਗੁਰ ਨੇ ਆਖਿਆ ਇਹ ਸਤੀ ਦੀ ਰਸਮ ਤੇ ਇਹ ਕਾਨੂੰਨ ਹੀ ਖਤਮ ਕਰ ਦੇਣਾ ਆਪਾਂ ਦੇਸ਼ ਚ। ਵਾਹ, ਇਸ ਕਾਨੂੰਨ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਖਤਮ ਕਰਾਇਆ। ਔਰ ਜਿਹੜੀ ਅੱਜ ਆ ਕਹਿੰਦੇ ਨਾ ਆਪਾਂ ਵੀ ਕੋਈ ਵਾਹਿਗੁਰੂ ਕਰੇ ਸਾਰੇ ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹੇ ਸਾਰਾ ਸੰਸਾਰ, ਬਟ ਜੇ ਕਿਤੇ ਕੋਈ ਅਕਾਲ ਚਲਾਣਾ ਕਰ ਜਾਂਦਾ ਤਾਂ ਉਮਰ ਦੇ ਮੁਤਾਬਕ ਆਪਣੀ ਉਮਰ ਦਾ ਤਕਾਜਾ ਵੇਖ ਕੇ ਤੇ ਰੀ ਮੈਰਿਜ, ਜਿਸ ਨੂੰ ਅੱਜ ਆਪਾਂ ਕਹਿ ਦਿੰਦੇ ਹਾਂ, ਇਹ ਗੁਰੂ ਅਮਰਦਾਸ ਮਹਾਰਾਜ ਨੇ ਸ਼ੁਰੂ ਕੀਤੀ ਸੀ। ਉਹਦੀ ਜੇ ਕੋਈ ਪ੍ਰਾਣੀ ਨੂੰ ਦੁਨੀਆ ਤੋਂ ਸੱਦਾ ਆ ਗਿਆ ਮੌਤ ਦਾ, ਤਾਂ ਇਹ ਨਹੀਂ ਹੈ ਵੀ ਉਹ ਬੰਦਾ ਜਿਹੜਾ ਮਤਲਬ ਉਹ ਜਿਹੜੀ ਔਰਤ ਹੈ ਉਹ ਸਾਰੀ ਜ਼ਿੰਦਗੀ ਜਿਹੜੀ ਆ ਉਹ ਇਸੇ ਤਰ੍ਹਾਂ ਕੱਟੇ, ਜਾਂ ਉਹ ਔਰਤ ਜਿਹੜੀ ਉਹ ਚਿਖਾ ਦੇ ਵਿੱਚ ਪੈ ਕੇ ਸੜੇ। ਮਹਾਰਾਜ ਨੇ ਆਖਿਆ ਇਹ ਅਨਿਆਂ ਆ, ਇਹ ਇਨਸਾਨੀਅਤ ਨਹੀਂ ਹੈਗੀ। ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਸੀਗਾ ਇਹ ਕੀਤਾ। ਔਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਨੇ ਉਹਨਾਂ ਦੇ ਸਲੋਕ ਨੇ ਮਹਾਰਾਜ ਦੇ, ਕਹਿੰਦੇ ਸਤੀ ਉਹ ਨਹੀਂ ਜਿਹੜੀ ਚਿਖਾ ਚ ਪੈ ਕੇ ਸੜ ਜਾਵੇ, ਜੀ ਅਸੀਂ ਅਸਲ ਸਤੀ ਉਹ ਹੈ ਜਿਹੜੇ ਪਤੀ ਦੇ ਪਿਆਰ ਦੇ ਵਿੱਚ ਜ਼ਿੰਦਗੀ, ਭਾਵੇਂ ਜੇ ਪਤੀ ਚਲਾ ਵੀ ਗਿਆ ਦੁਨੀਆ ਤੋਂ ਉਹਦੇ ਪ੍ਰੇਮ ਦੇ ਵਿੱਚ ਉਹਦੀ ਯਾਦ ਦੇ ਵਿੱਚ ਜ਼ਿੰਦਗੀ ਗੁਜ਼ਾਰੇ, ਜੀ ਜੀ ਔਰ ਆਪਣੇ ਜਾਤ ਸਤ ਤੇ ਆਪਣੇ ਧਰਮ ਨੂੰ ਕਾਇਮ ਰੱਖੇ ਉਹ। ਤੇ ਜਾਂ ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੇ ਅਸੂਲ ਸੀਗੇ ਉਸ ਵਕਤ ਗੁਰੂ ਅਮਰਦਾਸ ਮਹਾਰਾਜ ਨੇ ਔਰਤ ਦੀ ਝੋਲੀ ਚ ਪਾਏ, ਔਰ ਘੁੰਡ ਕੱਢਣ ਦੀ ਰਸਮ ਸੀਗੀ ਜਿਹੜੀ ਜੀ। ਹਾਲੇ ਕਿ ਇੰਡੀਆ ਦੇ ਵਿੱਚ ਅਜੇ ਵੀ ਬਹੁਤ ਸਟੇਟਾਂ ਹੈਗੀਆਂ ਜਿੱਥੇ ਅਜੇ ਵੀ, ਮੈਂ ਆਪਣੀ ਉਮਰ ਦੇ ਮੁਤਾਬਕ ਗੱਲ ਕਰਦਾ ਹਾਂ ਕਿ ਮੈਂ ਆਪ ਪੰਜਾਬ ਦੇ ਵਿੱਚ ਔਰਤਾਂ ਨੂੰ ਜਨਾਨੀਆਂ ਨੂੰ ਸਾਡੀਆਂ ਵੱਡੀਆਂ ਵਡੇਰੀਆਂ ਦਾਦੇ ਦਾ ਨਾਲ ਮੈਂ ਘੁੰਡ ਕੱਢਦਿਆਂ ਵੇਖਿਆ। ਗੁਰੂ ਅਮਰਦਾਸ ਮਹਾਰਾਜ ਨੇ ਘੁੰਡ ਕੱਢਣ ਦੀ ਰਸਮ ਜਿਹੜੀ ਹਰੀਪੁਰ ਦਾ ਰਾਜਾ, ਹਰੀਪੁਰ ਜਿਹੜੇ ਹੋਈਆਂ ਸੀ ਨਾ ਜਿਹੜੇ 22 ਧਾਰ ਦੇ ਪਹਾੜੀ ਰਾਜੇ ਆਪਾਂ ਕਹਿ ਦਿੰਦੇ ਪਹਾੜੀ ਏਰੀਏ ਦੇ, ਜੀ ਉਹ ਆਪਣੀ ਰਾਣੀ ਦੇ ਨਾਲ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਤੇ ਜਿਹੜੀ ਉਹਦੀ ਰਾਣੀ ਉਹਨੇ ਘੁੰਡ ਕੱਢ ਲਿਆ ਜੀ ਦਰਬਾਰ ਚ ਆਣ ਕੇ। ਤੇ ਗੁਰੂ ਅਮਰਦਾਸ ਮਹਾਰਾਜ ਨੇ ਸਹਿਜ ਸੁਭਾਏ ਰਾਜੇ ਨੂੰ ਆਖਿਆ, ਕਹਿੰਦੇ ਇਹ ਕਮਲੀ ਕਿੱਥੋਂ ਲੈਂਦੀ ਜੇ? ਉਹ ਸੁਣਦਿਆਂ ਸਾਰ ਮਹਾਰਾਜ ਦਾ ਬਚਨ, ਉਹ ਕਮਲੀ ਪਾਗਲ ਹੋ ਗਈ, ਉਹ ਜਨਾਨੀ ਉਹਦੀ ਰਾਣੀ ਸੀ ਜਿਹੜੀ। ਹਾਂਜੀ ਹਾਂਜੀ, ਚਲੋ ਬਾਅਦ ਵਿੱਚ ਸਮਾਂ ਪਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਤੇ ਕਿਰਪਾ ਕੀਤੀ। ਮੀਨਿੰਗ ਘੁੰਡ ਕੱਢਣ ਦੀ ਰਸਮ ਜਿਹੜੀ ਆ, ਜਾਂ ਵੀ ਕਿਸੇ ਨੇ ਘੁੰਡ ਕੱਢਣਾ, ਉਹਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੀ ਨਿਖੇਧੀ ਕੀਤੀ। ਸਤਿਗੁਰ ਨੇ ਆਖਿਆ ਜਿਹੜੀ ਔਰਤ ਆ ਉਹਨੂੰ ਮਾਣ ਸਤਿਕਾਰ ਜਿਹੜਾ ਉਹ ਦੇਣਾ ਆ। ਇਹ ਵੀ ਨਹੀਂ ਆਖਿਆ ਵੀ ਜਿਹੜੀ ਔਰਤ ਆ ਇਹ ਮਤਲਬ ਇੱਧਰ ਜੇ ਉਹਨੂੰ ਸਤਿਕਾਰ ਦਿੱਤਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਤਾਂ ਦੂਸਰੇ ਪਾਸੇ ਜੇ ਔਰਤ ਦਾ ਆਚਰਣ ਜਿਹੜਾ ਜੇ ਕਰੈਕਟਰ ਗਿਰ ਗਿਆ ਉਹਦਾ, ਤੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਲਫ਼ਜ਼ ਵਰਤਿਆ ਵੀ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਤਾਂ ਵੀ ਬਚਨ ਵਰਤਿਆ। ਮੇਰੇ ਕਹਿਣ ਦਾ ਭਾਵ ਸਿਰਫ ਇਹ ਆ ਕਿ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਮਰਦ ਆ ਜਿਹੜਾ ਇਸੇ ਤਰ੍ਹਾਂ ਔਰਤ ਦਾ ਵੀ ਜਿਹੜਾ ਜੀਵਨ ਆ ਉਹ ਏਦਾਂ ਆਜ਼ਾਦੀ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਜੀਣ ਵਾਸਤੇ ਮਹਾਰਾਜ ਕਹਿੰਦੇ ਉਹਨੂੰ ਵੀ ਹੱਕ ਆ। ਉਹਨੇ ਬਰਾਬਰ ਜਿੱਥੇ ਮਰਦ ਬਹਿ ਕੇ ਲੰਗਰ ਛਕਣਗੇ ਉੱਥੇ ਔਰਤ ਵੀ ਬੈਠ ਕੇ ਛਕੇਗੀ, ਜਿਹੜੇ ਸਰੋਵਰ ਦੇ ਵਿੱਚ ਮਰਦ ਇਸ਼ਨਾਨ ਕਰਨਗੇ ਉੱਥੇ ਔਰਤਾਂ ਵਾਸਤੇ ਵੀ ਇਸ਼ਨਾਨ ਕਰਨ ਵਾਸਤੇ ਪੂਣਾ ਬਣਾਇਆ ਗਿਆ, ਜਿੱਥੇ ਔਰਤਾਂ ਸੋਰੀ ਵਾਹਿਗੁਰੂ ਮਰਦ ਆ ਜਿਹੜੇ ਜੇ ਉਹ ਉਹਨਾਂ ਨੂੰ ਜਿਹੜੇ ਬਾਟੇ ਚੋਂ ਕੜਾਹ ਪ੍ਰਸ਼ਾਦ ਮਿਲੂਗਾ ਉਸੇ ਚੋਂ ਔਰਤ ਨੂੰ ਵੀ ਮਿਲੂਗਾ, ਜਦੋਂ ਦਸਵੇਂ ਜਾਮੇ ਚ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਆ ਫਿਰ ਦਸ਼ਮੇਸ਼ ਪਿਤਾ ਨੇ ਫਿਰ ਆਖਿਆ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਬਾਟੇ ਚੋਂ ਮਰਦ ਨੂੰ ਪਿਆਇਆ ਜਾਊਗਾ ਉਸੇ ਵਿੱਚੋਂ ਹੀ ਔਰਤ ਨੂੰ ਪਿਆਇਆ ਜਾਊਗਾ।
ਕਿੰਨੀ ਇਹਨਾਂ ਵੱਡੀ ਗੱਲ। ਗੁਰੂ ਸਾਹਿਬਾਨਾਂ ਨੇ ਬਹੁਤ ਇਹਦੇ ਵਾਸਤੇ ਇਹ ਸਾਡੇ ਜਿਹੜੇ ਪਾਰ ਉਤਾਰਿਆ ਉਹ ਕੁਝ ਨਹੀਂ। ਧਰਮਵੀਰ ਸਿੰਘ ਜੀ ਜਿਹਨੂੰ ਇੱਥੇ ਮੈਨੂੰ ਆਪ ਨੂੰ ਕਹਿੰਦੇ ਹੋਏ ਦੁੱਖ ਮਹਿਸੂਸ ਹੋ ਰਿਹਾ, ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਬਟ ਯੂਨੋ ਮੈਂ ਜਾਣਦੇ ਨੇ ਸਿਰਫ ਇਹੀ ਕਹਿਣਾ ਤੁਹਾਡੇ ਨਾਲ ਥੋੜ੍ਹੀ ਜਿਹੀ ਸ਼ੇਅਰ ਕਰਨਾ ਚਾਹੁੰਦੀ ਹਾਂ। ਸਾਡੇ ਗੁਰੂਆਂ ਦੀ ਸੋਚ ਕਿੰਨੀ ਮਾਡਰਨ, ਕਿੰਨੀ ਪ੍ਰੋਗਰੈਸਿਵ ਸੀਗੀ। ਅੱਜ ਇੱਕ ਨੌਜਵਾਨ ਪੀੜ੍ਹੀ ਦਾ ਹਿੱਸਾ ਹੋਣ ਦੇ ਨਾਤੇ ਸਾਨੂੰ ਲੱਗਦਾ ਹੈ ਕਿ ਫੈਮਿਨਿਜ਼ਮ ਜਾਂ ਇਕੁਆਲਿਟੀ ਜਾਂ ਜਾਤ ਪਾਤ ਨੂੰ ਇੱਕ ਪਾਸੇ ਰੱਖ ਕੇ ਹਰ ਇੱਕ ਨੂੰ ਇੱਕ ਇਨਸਾਨ ਦੇ ਤੌਰ 'ਤੇ ਟ੍ਰੀਟ ਕਰਨਾ ਚਾਹੀਦਾ। ਇਹ ਚੀਜ਼ ਤਾਂ ਸਾਡੇ ਗੁਰੂਆਂ ਨੇ ਕਿੰਨੇ ਪਹਿਲੇ ਤੋਂ ਇਹ ਸਿਰਫ ਕਹੀ ਨਹੀਂ ਬਟ ਉਹਨੂੰ ਪ੍ਰੈਕਟਿਸ ਵਿੱਚ ਪਾਇਆ, ਹੈ ਨਾ। ਸੋ ਇਹ ਚੀਜ਼ ਦੇ ਥੋੜ੍ਹਾ ਜਿਹਾ ਇਤਿਹਾਸ ਇਹਦੇ ਬਾਰੇ ਸੁਣ ਕੇ ਮੇਰਾ ਤਾਂ ਜੀ ਬਹੁਤ ਖੁਸ਼ ਹੋ ਗਿਆ। ਥੈਂਕ ਯੂ ਸੋ ਮੱਚ, ਆਪਾਂ ਤੁਹਾਡੇ ਬਹੁਤ ਧੰਨਵਾਦੀ ਹਾਂ ਤੁਸੀਂ ਸਾਡੇ ਨਾਲ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੁੜੇ। ਜ਼ਰੂਰ ਤੁਹਾਨੂੰ ਵਾਪਸ ਲੈ ਕੇ ਆਵਾਂਗੇ। ਧਰਮਵੀਰ ਸਿੰਘ ਜੀ, ਹੈੱਡ ਗ੍ਰੰਥੀ 118 ਸਿੱਖ ਕਲਚਰ ਸੋਸਾਇਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਐਂਡ ਮੈਂ ਵਿਊਅਰਸ ਨੂੰ ਜਾਂਦੇ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ, ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਸਾਡਾ ਵਧੀਆ ਲੱਗਿਆ ਹੋਏਗਾ, ਤੁਸੀਂ ਇੰਜੋਏ ਕੀਤਾ, ਕੁਛ ਸਿੱਖਿਆ, ਅਤੇ ਸਾਡੀ ਇਹ ਜੋ ਵਿਚਾਰਧਾਰਾ ਧਰਮਵੀਰ ਸਿੰਘ ਜੀ ਨੇ ਸਾਡੇ ਨਾਲ ਸਾਂਝੀ ਕੀਤੀ, ਉਹਨੂੰ ਸੁਣਿਆ। ਸਾਡੇ ਲਈ ਕੋਈ ਕੁਸ਼ਚਨਸ, ਕਮੈਂਟਸ, ਕੰਸਰਨਸ ਇਸ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਜ਼ਰੂਰ ਸਾਨੂੰ ਵੀ ਲਿਖ ਸਕਦੇ ਹੋ, info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।